ਅੰਬ ਦਾ ਨਾਮ ਲੈਂਦੇ ਨਾ ਇੱਕ ਅਜੀਬ ਜਿਹਾ ਅਹਿਸਾਸ ਹੁੰਦਾ ਨਾ ਰਸ ਮੂਜਾ ਬੰਦੇ ਦੇ ਨਾਲ ਵੀ ਉਹ ਉਹੀ ਗੱਲ ਕਹਿੰਦਾ ਅੰਬ ਦਾ ਨਾਮ ਲੈ ਗਟਰੀਨਾ ਕਹੋ ਜਾਂਦਾ ਆ ਜਾਂਦੀ ਸੁਣ ਪਤਾ ਲੱਗਾ ਸਪੌਟ ਜੇ ਵੀ ਆ ਪੰਜ ਸਾਲ ਸਪੌਟ ਆ ਜਿੱਥੇ ਅੰਬ ਬਹੁਤ ਆ ਤਾਂ ਐਕਚੁਅਲੀ ਟੋਕਰੀ ਟਕਰੀ ਬੰਦਾ ਖਾ ਜਾਂਦਾ ਸੀ ਤੇ ਕੋਈ ਦਵਾਈ ਨਹੀਂ ਖਾਣ ਦੀ ਲੋੜ ਪੈਂਦੀ ਸੀ ਨਾਰਮਲ ਜਿਹੀ ਰਹਿੰਦਾ ਸੀ ਸਾਰਾ ਕੁਝ ਤਾਂ ਅੰਬ ਦੀ ਉਮਰ ਬੜੀ ਲੰਮੀ ਆ ਉਹ ਕੋਪੇਰੇਟਿਵਲੀ ਕਾਫੀ ਰੁੱਖਾ ਨਾਲੋਂ ਹਨਾ 3-400 ਸਾਲ ਤੱਕ ਵੀ ਜਿਹੜੇ ਦੇਸੀ ਵੈਰਾਈਆਂ ਇਹ ਹੋ ਜਾਂਦੀਆਂ ਨੇ ਭਾਰਤ ਦੇ ਵਿੱਚ ਤਾਂ ਇਹਨੂੰ ਰਾਸ਼ਟਰੀ ਫਲ ਦਾ ਦਰਜਾ ਆਪਣੇ ਦਿੱਤਾ ਹੀ ਆ ਆਪਣੇ ਗੁਆਂਡੀ ਮੁਲਕ ਪਾਕਿਸਤਾਨ ਵੀ ਫਲਪਾਈਂਗ ਵੀ ਇਹ ਤਿੰਨਾਂ ਦੇਸ਼ਾਂ ਦਾ ਜਿਹੜਾ ਇਹ ਰਾਸ਼ਟਰੀ ਫਲ ਹੈ 50 ਤੋਂ ਬਾਅਦ ਲੋਕਾਂ ਦੀ ਉਹ ਖਤਮ ਹੋ ਜਾਂਦੀ ਕਹਾਣੀ ਤੇ ਹਾਲਾਂਕਿ ਕੱਲੇ ਬਿਹਾਰ 'ਚ ਹੀ 150 ਵੈਰਾਈਆਂ ਇਹਦੀਆਂ ਹੈਗੀਆਂ ਨੇ ਤੇ ਆਪਣੇ ਟੋਟਲ ਇੰਡੀਆ ਦੇ ਵਿੱਚ ਹਜ਼ਾਰਕ ਦੇ ਕਰੀਬ ਕਿਸਮਾਂ ਨੇ ਅੰਬ ਦੀਆਂ ਦੋ ਲੰਬੀ ਗੱਲ ਕਰੋ ਯਾਰ ਦੁਆਬੇ ਦੀ ਨਾ ਕਰੋ ਤਾਂ ਗੱਲ ਹੀ ਨਹੀਂ ਕੀਤੀ ਹਨ ਵੀ ਅੰਬੀਆਂ ਨੂੰ ਤਰਸ ਸਿੰਘ ਹੀ ਛੱਡ ਕੇ ਦੇਚ ਦੁਆਬਾ ਮਜੜੀ ਅੰਗੂਰੀ ਅੰਬ ਦੀ ਮੈਂ ਗੱਲ ਕਰ ਰਿਹਾ ਜਦੋਂ ਪਹਿਲੇ ਸਾਲ ਗਿਆ ਮੈਂ ਸੀਗਾ ਤੇ ਤੀਜੇ ਸਾਲ ਗਿਆ ਉਹ ਹੈ ਨਹੀਂ ਸੀ ਮੈਂ ਕਿਹਾ ਉਹ ਕਿੱਥੇ ਗਿਆ ਉਹ ਕਹਿੰਦਾ ਜੀ ਉਹ ਪਿਛਲੇ ਸਾਲ ਜਿਹੜਾ ਹੈਗਾ ਉਹ ਦਰਖਤ ਖਤਮ ਹੋ ਗਿਆ ਅੱਧਾ ਉਹ ਟੁੱਟ ਗਿਆ ਸੀ ਤੇ ਚੱਕ ਤਾਂ ਗਿਆ ਅੱਜ ਜੇ ਇੱਕ ਘਰ ਦੇ ਵਿੱਚ ਐਵਰੇਜ ਮੰਨ ਲਓ 6 ਮੈਂਬਰ ਹਨ ਉਹਨਾਂ ਵਿੱਚ ਦੋ ਜਾਂ ਤਿੰਨ ਦੀ ਪਾਚਣ ਪ੍ਰਣਾਲੀ ਖਰਾਬ ਆ ਮੰਨਦੇ ਨਹੀਂ ਇਹ ਸਾਡੇ ਲੋਕ ਪਰ ਖਰਾਬ ਹੈ। ਹੂੰ। ਔਰ ਅੰਬ ਐਸਾ ਚ ਇੱਕ ਦਵਾਈ ਹੈ। ਪਹਿਲੀ ਵਾਰ ਸ਼ਾਇਦ ਜਿੰਨੇ ਵੀ ਸਾਡੇ ਗੁਰੂ ਪੀਰ ਹੋਏ ਹਨ ਇਹ ਇਹ ਨਾਲ ਇਹ ਗੁਰੂ ਤਾਂ ਸੀਗੇ ਸੀਗੇ ਸਾਡੇ ਮਾਰਗਦਰਸ਼ਕ ਤਾਂ ਸੀਗੇ ਇਹ ਟਰੈਵਲਰ ਵੀ ਸੀਗੇ। ਹੂੰ ਬਿਲਕੁਲ। ਤਾਂ ਉਹ ਜਦੋਂ ਟਰੈਵਲ ਕਰਦੇ ਸੀ ਫਿਰ ਉਹ ਇਹੋ ਜਿਹੇ ਰੁੱਖਾਂ ਬੂਟਿਆਂ ਦਾ ਜਿਹੜਾ ਆਸਰਾ ਲੈਂਦੇ ਸੀਗੇ ਹਨਾ। ਅੰਬਾਲਾ ਦਾ ਜਿਹੜਾ ਪਾਰਟਿਕੂਲਰ ਨਾਮ ਹੈਗਾ ਬੇਸਿਕਲੀ ਇਹਨੂੰ ਪਹਿਲਾਂ ਅੰਬਾਵਾਲਾ ਕਿਹਾ ਜਾਂਦਾ ਸੀ। ਹੋਣ ਤਾਂ ਯਾਰ ਸਾਰੇ ਲੋਕ ਫਾਸਟ ਫੂਡ ਦਾ ਜਮਾਨਾ ਹੁਣ ਤਾਂ ਅਗਲਾ ਵੇ ਖਰੀਕ ਨੂੰ ਆਇਆ ਵੀ ਅੰਮਰਪਾਲੀ ਉਹ ਹੀ ਦੇ ਦੇਉ ਵੀ ਗਾਮਲੇ ਚ ਵੀ ਅੰਬ ਲੱਗ ਜਾਣ ਟਪਕੇ ਵਾਲਾ ਅੰਬ ਤਾਂ ਮਤਲਬ ਹੁਣ ਕੋਸ਼ ਖੇਤਰਾ ਚ ਜਾਂ ਜਿੰਨਾਂ ਦੇ ਕੋਲੇ ਲੱਗੇ ਉਹੀ ਆ ਬਾਕੀ ਸਾਰੇ ਦਵਾਈਆਂ ਖਾ ਰਹੇ ਅਸੀਂ ਬੂਰ ਪਿਆਣੀ ਹੁੰਦਾ ਤੇ ਅੰਬ ਮਾਰਕੀਟ ਚ ਆ ਜਾਂਦਾ ਖਾਸ ਕਰਕੇ ਜਾਮਣਾ ਅੰਬ ਤਾਂ ਗਰਮੀ ਦੇ ਫਲ ਜੇ ਸੀਗੇ ਲੋਕ ਜਵਾਗ ਛੁੱਟੀਆਂ ਛਟੀਆਂ ਭੂਤਾ ਉ ਚਿੰਬੜ ਜਾਂਦੇ ਸੀ ਘਰੇ ਝੋਲੀਆ ਭਰ ਕੇ ਲਿਆਉਂਦੇ ਸੀ ਅੰਬ ਦੀ ਫਾੜੀ ਐ ਸੱਚ ਇੱਕ ਤਰ੍ਹਾਂ ਦੀ ਦਵਾਈ ਹੁੰਦੀ ਸੀ ਕਿਉਂਕਿ ਅੰਬ ਦੇ ਚਾਰਚ ਕਲੌਂਜੀ ਪੈਂਦੀ ਆ ਕਲੌਂਜੀ ਬਾਰੇ ਮੈਨੂੰ ਪੁੱਛੇ ਜੇ ਪੜਨ ਦਾ ਮੌਕਾ ਮਿਲਿਆ ਤੇ ਮੈਂ ਦੇਖਿਆ ਕਿ ਕੁਝ ਲੋਕਾਂ ਨੇ ਇਹ ਕਿਹਾ ਵੀ ਮੌਤ ਤੋਂ ਬਿਨਾ ਬਾਕੀ ਹਰ ਚੀਜ਼ ਦੀ ਇਲਾਜ ਕਰਦਾ ਇੱਕ ਬੂਟੇ ਦਾ ਮਰਨਾ ਇੱਕ ਕਿਸਮ ਦਾ ਮਰਨਾ ਹੈ ਉਹ ਬਹੁਤ ਵੱਡੀ ਤਰਾਸ ਦੀ ਆ ਰੁੱਖ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੁੱਖਾਂ ਦੀ ਅਗਲੀ ਲੜੀ ਦੇ ਵਿੱਚ ਅਸੀਂ ਗੱਲ ਕਰਾਂਗੇ ਫਲਾਂ ਦੇ ਬਾਦਸ਼ਾਹ ਅੰਬ ਦੀ ਅੰਬ ਦਾ ਬਹੁਤ ਮਤਵ ਹੈ ਜਿਵੇਂ ਕਿ ਬਾਕੀ ਰੁੱਖਾਂ ਦੀ ਗੱਲ ਕਰੀਏ ਤਾਂ ਇਹਦਾ ਵੀ ਬਹੁਤ ਹੈ ਬਾਈ ਡਾਕਟਰ ਬਲਵਿੰਦਰ ਸਿੰਘ ਲਖੇਵਾਲੀ ਆਪਣੇ ਨਾਲ ਹੈ ਬਾਈ ਅੰਬ ਜਿਹੜਾ ਹੈਗਾ ਇਹ ਲੋਕ ਬਹੁਤ ਸ਼ੌਂਕ ਨਾਲ ਖਾਂਦੇ ਆ ਹੈ ਕਿ ਨਹੀਂ ਬਿਲਕੁਲ ਇਹਦਾ ਇਹਦੇ ਬਾਰੇ ਦੱਸੋ ਅੰਬ ਦਾ ਕੀ ਇਤਿਹਾਸ ਹੈ ਕਿਵੇਂ ਆ ਯਾ ਸ਼ੌਕ ਤਾਂ ਹੈ ਹੀ ਵੀ ਤੁਸੀਂ ਦੇਖੋ ਵੀ ਅੰਬ ਦਾ ਨਾਮ ਲੈਂਦੇ ਨਾ ਇੱਕ ਅਜੀਬ ਜਿਹਾ ਅਹਿਸਾਸ ਆਉਂਦਾ ਨਾ ਰਸ ਮੂੰਹ ਚ ਆ ਜਾਂਦਾ ਬੰਦੇ ਨੂੰ ਹੈ ਨਾ ਵੀ ਉਹ ਉਹੀ ਗੱਲ ਹੈ ਕਿ ਅੰਬ ਦਾ ਜਦੋਂ ਗਟਰੀਨਾ ਕਹੋ ਜਾਂਦਾ ਜਾਂਦੀ ਹੈ ਹੌਲਸੋ ਯਾਰ ਆ ਜਾਂਦਾ ਬਾਕੀ ਪੰਜਾਬ ਦੀਆਂ ਵੈਰਾਈਟੀਆਂ ਸਾਰੀਆਂ ਫੁੱਲ ਬਨ ਜਾਂਦੇ ਤੇ ਨਹੀਂ ਬਟ ਮਤਰਾ ਮੈਂ ਨਾ ਮੈਨੂੰ ਪਹਿਲਾਂ ਗੱਲ ਯਾਦ ਆ ਗਈ ਮੈਂ 95 ਦੀ ਮੇਰੀ ਯੂਨੀਵਰਸਿਟੀ ਜਨਮਿਸ਼ਨ ਸੀ ਤੇ ਸਾਡਾ 97 ਚ ਮਿਲ ਲੱਗਦਾ ਨਾ ਬੱਲੋਵਾਲ ਸੌਗੜੀ ਕੈਂਪ ਲੱਗਾ ਉਦੋਂ ਜਿਹੜਾ ਐਨਐਸਐਸ ਦਾ ਕੈਂਪ ਲਾਉਂਦਾ ਉਹ 10 ਦਿਨਾਂ ਲਈ ਉਹ ਮਾਸ਼ਾਅੱਲਾ ਅੰਬਰਾ ਦਾ ਮੌਸਮ ਸੀ ਤੇ ਜਿਹੜੀਆਂ ਗੱਲਾਂ ਸੁਣਦੇ ਆ ਨਾ ਵੀ ਉਹਦੋਂ ਐਕਚੁਅਲ 'ਚ ਉਹ ਜਿਹੜੇ ਟਪਕਾ ਅੰਬ ਆ ਜਿਹੜਾ ਹੁਣ ਆਪਣੇ ਤਾਂ ਹੁਣ ਲੋਕਾਂ ਨੂੰ ਪਤਾ ਨਹੀਂ ਟਪਕਾ ਆ ਵੀ ਪੱਕ ਕੇ ਆਪ ਡਿੱਗਦਾ ਤੇ ਉਹ ਛੋਟੇ ਛੋਟੇ ਨੇ ਅਸੀਂ ਰੋਜ਼ ਸਵੇਰੇ ਜਦੋਂ अर्ਲੀ ਮਾਰਨਿੰਗ ਕੰਮ ਹੁੰਦਾ ਸੀ ਐਨਐਸਐਚ ਜਾਂ ਸ਼ਾਮ ਨੂੰ ਦੁਪਹਿਰ ਵੇਲੇ ਹੁੰਦੀ ਸੀ ਤੇ ਦੁਪਹਿਰ ਅਸੀਂ ਉੱਥੇ ਚਲੇ ਜਾਣਾ ਕਿਤੇ ਜਿੱਥੇ ਅੰਬਾਂ ਦੇ ਸਾਨੂੰ ਪਤਾ ਲੱਗਾ ਸਪੌਟ ਜੇ ਵੀ ਆਹ 5-7 ਸਪੌਟ ਆ ਜਿੱਥੇ ਅੰਬ ਬਹੁਤ ਆ ਤੋ ਐਕਚੁਅਲ 'ਚ ਟੋਕਰੀ ਟੱਕਰੀ ਬੰਦਾ ਖਾ ਜਾਂਦਾ ਸੀ ਤੇ ਕੋਈ ਦਵਾਈ ਨਹੀਂ ਖਾਣ ਦੀ ਲੋੜ ਪੈਂਦੀ ਨਾਰਮਲ ਰਹਿੰਦਾ ਸੀ ਸਾਰਾ ਕੁਝ ਕੀ ਬਾਤ ਹੈ ਤੋ ਇੱਕ ਜਿਵੇਂ ਨਾ ਕਈ ਬੰਦੇ ਆਉਂਦਾ ਮੈਨੂੰ ਫੋਨ ਆਉਂਦਾ ਹੁੰਦਾ ਹੈ ਨਾ ਵੀ ਖਾਸ ਤੌਰ ਤੇ ਵੀ ਜਿਵੇਂ ਹੁਣ ਪਿਛਲੇ ਮਹੀਨੇ ਦੋ ਬੰਦਿਆਂ ਦਾ ਫੋਨ ਆਇਆ ਮੇਰੇ ਕੋਈ ਸਜਣ ਬੇਲਿਆਂ ਦਾ ਵੀ ਉਹਨਾਂ ਦੇ ਘਰ 'ਚ ਕਿਸੇ ਦੀ ਦਾਦੀ ਦੀ ਡੈਥ ਹੋਈ ਸੀ ਕਿਸੇ ਦੇ ਘਰ 'ਚ ਕਿਸੇ ਫਾਦਰ ਦੀ ਐਥੀ ਕਿਹੜਾ ਦਰਖਤ ਲਾਇਆ ਜਾਵੇ ਹਾਂ ਤੋ ਅੰਬ ਦੀ ਉਮਰ ਬੜੀ ਲੰਮੀ ਹੈ ਕੰਪੈਟਿਟਿਵਲੀ ਕਾਫੀ ਰੁੱਖਾਂ ਨਾਲੋਂ ਹੈ ਨਾ 3-400 ਸਾਲ ਤੱਕ ਵੀ ਜਿਹੜੇ ਦੇਸੀ ਵੈਰਾਈਆਂ ਇਹ ਹੋ ਜਾਂਦੀਆਂ ਨੇ ਤੇ ਇਹ ਇੱਕ ਨਾ ਕੰਪਲੀਟ ਰੁੱਖ ਹੈ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਆ ਨਾ ਵੀ ਕੰਪਲੀਟ ਰੁੱਖ ਕਿਵੇਂ ਹੈ ਵੀ ਇਹਨਾਂ 'ਚ ਇਹ ਤਾਂ ਰੁੱਖ ਬੜਾ ਸ਼ਾਨਦਾਰ ਹੈ ਜਦੋਂ ਇਹ ਬਣ ਜਾਂਦਾ ਦੇਸੀ ਜਿਹੜਾ ਅੰਬ ਹੁੰਦਾ ਉਹ ਬੜਾ ਵਧੀਆ ਰੁੱਖ ਬਣਦਾ ਫਰੂਟ ਤਾਂ ਹੈ ਹੀ ਹੈ ਪਲੱਸ ਇਹਦੀ ਛਾਂ ਵੀ ਹੈ ਤਾਂ ਉਹ ਇਸ ਕਰਕੇ ਮਤਲਬ ਬੜਾ ਬਾਖਮਾਲ ਰੁੱਖ ਬਣਾਇਆ ਰੱਬ ਨੇ ਅੰਬ ਨੂੰ ਹਾਲਾਂਕਿ ਜਿਹੜਾ ਲੋਕ ਜ਼ਿਆਦਾ ਐਸੀ ਫਾਲੀ ਲੈ ਕੇ ਚੱਲਦੇ ਆਪਾਂ ਪਰ ਇਦਾਂ ਦੀ ਗੱਲ ਨਹੀਂ ਹੈਗੀ ਅੰਬ ਆਪਣੇ ਆਪ ਦੇ ਵਿੱਚ ਅੰਬ ਤੇ ਕਿਤਾਬ ਲਿਖੀ ਲਿਖੀਆਂ ਲੋਕਾਂ ਨੇ ਔਰ ਅੰਬ ਤੇ ਆਪਾਂ ਪੂਰੀ ਸਾਰਾ ਦੇਣ ਗੱਲੀ ਗੱਲਾਂ ਕਰੀ ਜਾਈਏ ਮਤਲਬ ਅੰਬ ਦਾ ਇੰਨਾ ਵਿਸਤਾਰ ਆਪਣੇ ਕੌਮੀ ਪੱਧਰ ਤੇ ਵੀ ਬਾਈ ਅੰਬ ਮੇਨ ਚਾਹੁੰਦਾ ਨਾ ਹਾਂ ਇਹਨੂੰ ਰਾਸ਼ਟਰੀ ਫਲ ਕਿਹਾ ਜਾਂਦਾ ਹਾਂ ਭਾਰਤ ਦੇ ਵਿੱਚ ਤਾਂ ਇਹਨੂੰ ਰਾਸ਼ਟਰੀ ਫਲ ਦਾ ਦਰਜਾ ਆਪਣੇ ਦਿੱਤਾ ਹੀ ਆ ਆਪਣੇ ਗੁਆਂਡੀ ਮੁਲਕ ਪਾਕਿਸਤਾਨ ਵੀ ਫਲਪਾਈਨ ਵੀ ਇਹ ਤਿੰਨਾਂ ਦੇਸ਼ਾਂ ਦਾ ਜਿਹੜਾ ਇਹ ਰਾਸ਼ਟਰੀ ਫਲ ਹੈ ਬਾਈ ਇਹ ਜਿਵੇਂ ਆਪਣੇ ਅੰਬ ਲੱਗਦੇ ਆ ਹਨ ਤੇ ਜਿਵੇਂ ਜਗ੍ਹਾ ਦਾ ਫਰਕ ਹੁੰਦਾ ਛੋਟਾ ਵੱਡੀ ਜਿਹੜੇ ਉੱਧਰਲੇ ਮੁਲਕ ਹੈ ਉਹਨਾਂ ਦੇ ਵਿੱਚ ਵੀ ਆਹੀ ਵੇਰੈਟੀਆਂ ਵੇ ਵੈਰੈਟੀਆਂ ਤਾਂ ਜੇ ਤੁਸੀਂ ਵੈਰੈਟੀਆਂ ਦੀ ਗੱਲ ਕਰੋ ਨਾ ਤੇ ਮੈਂ ਅਕਸਰੀ ਜਦੋਂ ਇੱਥੇ ਯੂਨੀਵਰਸਿਟੀ ਕੈਬਰੀ ਕਲਾਸ ਕਲੂਸ ਹੁੰਦੀ ਆ ਈਵਨ ਇਨ ਸਰਵਿਸ ਲੋਕਾਂ ਦੀ ਵੀ ਕਲਾਸ ਹੁੰਦੀ ਜਿਹੜੇ ਜੌਬ ਕਰ ਰਹੇ ਹੁੰਦੇ ਜਾਨੀ ਜਿਨ੍ਹਾਂ ਦੀ ਏਜ ਮਤਲਬ 30 ਤੋਂ 50 ਦੇ ਵਿੱਚ ਵਿੱਚ ਉਹਨਾਂ ਨੂੰ ਪੁੱਛਦਾ ਨਾ ਵੀ ਕਿੰਨੀਆਂ ਕੋ ਵੈਰੈਟੀਆਂ ਹੋਣਗੀਆਂ ਅੰਬ ਦੀਆਂ ਤਾਂ ਉਹ ਕੋਈ ਕਹੂਗਾ 10 ਕੋਈ ਕਹੂਗਾ 20 ਕੋਈ ਕਹੂਗਾ 30 50 ਹੈ ਨਾ ਇੱਥੋਂ ਬਾਅਦ 50 ਦੇ ਬਾਅਦ ਲੋਕਾਂ ਦੀ ਉਹ ਖਤਮ ਹੋ ਜਾਂਦੀ ਕਹਾਣੀ ਤੇ ਹਾਲਾਂਕਿ ਕੱਲੇ ਬਿਹਾਰ 'ਚ ਹੀ 150 ਵੈਰੈਟੀਆਂ ਇਹਦੀਆਂ ਹੈਗੀਆਂ ਨੇ ਤੇ ਆਪਣੇ ਟੋਟਲ ਇੰਡੀਆ ਦੇ ਵਿੱਚ ਹਜ਼ਾਰਕ ਦੇ ਕਰੀਬ ਕਿਸਮਾਂ ਦੇ ਅੰਬ ਦੀਆਂ। ਕੀ ਬਾਤ ਹੈ। ਮਨੋ ਮੈਂ ਕਾਫੀ ਰੁੱਖਾਂ ਦੇ ਮਾਮਲੇ 'ਚ ਪੜਖਦੇ ਰਹੀਦਾ ਤੇ ਦੋਆਬੇ ਦੇ ਵਿੱਚ ਹੁਣ ਜਦੋਂ ਅੰਬ ਦੀ ਗੱਲ ਕਰੋ ਯਾਰ ਦੋਆਬੇ ਦੀ ਨਾ ਕਰੋ ਤਾਂ ਗੱਲ ਹੀ ਨਹੀਂ ਕੀਤੀ ਹਨਾ ਵੀ ਅੰਬੀਆਂ ਨੂੰ ਤਰਸ ਸਿੰਘੀ ਛੱਡ ਕੇ ਦੇਸ਼ ਦੋਆਬਾ ਤਾਂ ਜਿਹੜਾ ਸਾਡਾ ਏਰੀਆ ਅੰਬਾਂ ਦਾ ਏਰੀਆ ਪੰਜਾਬ ਦਾ ਹਨਾ ਉਹ ਇਹ ਖਾਸ ਤੌਰ ਤੇ ਦੁਆਬੇ ਵਾਲਾ ਏਰੀਆ ਹੈ ਨਾ ਇਹ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਉੱਥੇ ਬਹੁਤ ਆਂਬ ਖਾਦੇ ਤੇ ਇਸ ਏਰੀਏ ਦੇ ਵਿੱਚ ਤਾਂ ਬਖਸ਼ਾ ਪ੍ਰਮਾਤਮਾ ਨੂੰ ਉੱਥੇ ਜਿਹੜੇ ਆਂਬ ਇੰਨੇ ਜ਼ਿਆਦਾ ਆਂਬ ਹੁੰਦੇ ਆ ਔਰ ਉਹਦੇ ਵਿੱਚ ਜਿਹੜੀਆਂ ਵੈਰੈਟੀਆਂ ਦੀ ਜਿੱਥੋਂ ਤੁਸੀਂ ਗੱਲ ਕੀਤੀ ਵੀ ਇੱਥੇ ਮੈਂ ਜਦੋਂ ਪਿੱਛੇ ਜੇ 2 ਸਾਲ ਪਹਿਲਾਂ ਸੋਚਿਆ ਵੀ ਆਂਬ ਤੇ ਪੜ੍ਹੀਏ ਹਨਾ ਪੂਰੀ ਗਾ ਇਹਦਾ ਪਰੋ ਲਿਆ ਤੇ ਮੈਂ ਦੇਖਿਆ ਕਿ ਵੀ ਪੁਰਾਣੇ ਵੇਲਿਆਂ ਦੇ ਵਿੱਚ ਨਾ ਵੀ ਅੰਬਾਂ ਦੇ ਜਿਹੜੇ ਬਾਗ ਸੀਗੇ ਜਿਵੇਂ ਮਲਤਾਂ ਦਾ ਬਾਗ ਮਸ਼ਹੂਰ ਸੀ ਆ ਇਸ ਦੁਆਬੇ ਦੇ ਇਰੀਏ ਦੇ ਵਿੱਚ ਹਨਾ ਔਰ ਇੱਕ ਸੀਗਾ ਅਨਾਮੀ ਬਾਗ ਮਸ਼ਹੂਰ ਆ ਹਜੇ ਵੀ ਆ ਅਨਾਮੀ ਬਾਗ ਦੇ ਵਿੱਚ ਵੈਰਾਈਟੀਆਂ ਤੋਂ ਮੈਂ ਤੁਹਾਨੂੰ ਦੱਸਾਂ ਕਿ ਮੈਂ ਤੋ 3 ਸਾਲ ਪਹਿਲਾਂ ਗਿਆ ਤਾਂ ਉਦੋਂ ਇੱਕ ਵੈਰਾਈਟੀ ਸੀਗੀ ਜਿਹੜੀ ਉਹ ਅੰਗੂਰੀ ਆਂਬ ਕਹਿੰਦੇ ਸੀ ਉਹਨੂੰ ਹਾਂ ਹਾਂ ਮਤਲਬ ਉਹਨਾਂ ਦੇ ਨਾਂ ਨਾ ਇਦਾਂ ਆਪਣੇ ਲੈਵਲ ਤੇ ਲੋਕਾਂ ਨੇ ਰੱਖੇ ਹੁੰਦੇ ਆ ਤੂੰ ਤਾਂ ਸੰਧੂਰੀ ਆਂਬ ਲਾਲ ਟਣ ਆਂਬ ਹਨਾ ਮਤਲਬ ਗੋਲਾ ਆਂਬ ਭਾਬੀ ਆਂਬ ਮਤਲਬ ਬੜੇ ਸੋਹਣੇ ਖੂਬਸੂਰਤ ਨਾਂ ਨੇ ਹਨਾ ਉਹਨਾਂ ਦੀ ਕੋਈ ਖਾਸ ਜਿਹੜੀਆਂ ਉਹ ਦੇਖ ਜਾਂ ਉਹਦੇ ਸਵਾਦ ਨੇ ਦੇ ਨਾਲ ਹਨ ਤਾਂ ਉਹ ਜਿਹੜਾ ਅੰਗੂਰੀ ਅੰਬ ਦੀ ਮੈਂ ਗੱਲ ਕਰਦਾ ਹਨ ਤਾਂ ਉਹ ਬੰਦੇ ਨੇ ਜਦੋਂ ਉਸ ਸਾਲ ਗਿਆ ਮੈਂ ਫਸਟ ਟਾਈਮ ਜਦੋਂ ਗਿਆ ਤਾਂ ਉਦੋਂ ਉਹਦੇ ਨਾਲ ਗੱਲਬਾਤ ਕਰਕੇ ਤੇ ਮੈਂ ਕਿਹਾ ਅਲਾਮੀ ਬਾਗ ਚ ਗਿਆ ਉਹ ਬੇਸਿਕਲੀ ਉਹ ਕਿਸੇ ਸਮੇਂ ਮੁਸਲਮਾਨ ਲੋਕ ਸੀ ਵੰਡ ਤੋਂ ਪਹਿਲਾਂ ਉਹਨਾਂ ਦਾ ਸੀਗਾ ਫਿਰ ਉਹ ਜੋ ਚਲੇ ਗਏ ਤਾਂ ਕਿਸੇ ਨੂੰ ਅੱਗੇ ਦੇ ਗਏ ਉਹ ਹੁਣ ਵਾਲੇ ਆਪਣੇ ਤੁਹਾਨੂੰ ਪਤਾ ਜੱਜੇ ਚੜ ਜਾਂਦੇ ਆ ਉਹ ਹੁਣ ਉਹ ਫੈਮਿਲੀ ਬਾਹਰ ਚਲੀ ਗਈ ਤਾਂ ਠੇਕੇਦਾਰ ਕੋਲੇ ਹੁੰਦਾ ਉਹ ਬੰਦੇ ਨੇ ਮੈਨੂੰ ਜਦੋਂ ਘਮਾਇਆ ਤਾਂ ਉਹ ਕਹਿੰਦਾ ਜੀ ਇਹ ਅੰਗੂਰੀਅਮ ਆ ਮੈਂ ਕਿਹਾ ਮਤਲਬ ਕੀ ਹੋਇਆ ਉਹਨੂੰ ਜਿਹੜੇ ਅੰਬ ਲੱਗਦੇ ਸੀਗੇ ਉਹ ਐਡੀ ਲੱਗਦੇ ਸੀ ਓਡੀ ਪੱਕ ਜਾਂਦੇ ਸੀ ਅੰਗੂਰੀ ਮਤਲਬ ਸਾਈਜ਼ ਦੇ ਹਿਸਾਬ ਨਾਲ ਫਿਰ ਉੱਥੇ ਉਹਨੇ ਮਤਲਬ ਕਈ ਜੜੇ ਹੈਗੇ ਆ ਉਹ ਆਮ ਬੋੜੇ ਦੱਸਿਆ ਵੀ ਜਿਹ ਪੱਥਰਾਂ ਬਟਾਈ ਬੋੜੇ ਕਿਹਾ ਹੈਨਾ ਵੀ ਉਹ ਉਹ ਮਤਲਬ ਐਡਾ ਡੇਢ 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 ਕਿਲੋ ਡੇਢ ਕਿਲੋ ਦਾ ਇੱਕੋ ਹੀ ਆਂਦਾ ਹੈਨਾ ਤਾਂ 40 50 ਕਿਸਮਾ ਤਾਂ ਉੱਥੇ ਹੀ ਸੀ ਇਹ ਜਿਹੜੇ ਜਿਹੜੇ ਡਾਕਟਰ ਮਹਿੰਦਰ ਸਿੰਘ ਰਧਾਵਾ ਹਾਂ ਹਾਂ ਉਹ ਨੰਬਰ ਦੇ ਸਾਰੇ ਲੋਕ ਜਾਣਦੇ ਹੀ ਆ ਹਨ ਉਹ ਖੁਦ ਦੁਆਬੇ ਦੇ ਸੀ ਜਿਹੜਾ ਗੰਗਿਆਂ ਦੇ ਵਿੱਚ ਰਿਸਰਚ ਸਟੇਸ਼ਨ ਬਣਾਇਆ ਗਿਆ ਫਲ ਖੋਜ ਕੇਂਦਰ ਬਣਾਇਆ ਗਿਆ ਪੀਏਯੂ ਚ ਉਹ ਸਪੈਸ਼ਲ ਉਹਨਾਂ ਨੇ ਬਣਵਾਇਆ ਹੀ ਇਸ ਕਰਕੇ ਸੀਗਾ ਕਿ ਵੀ ਜਿਹੜੇ ਜੜੀਆਂ ਸਾਡੀਆਂ ਕਿਸਮਾਂ ਵਾਲੇ ਜਵੇਂ ਬਿਸਰ ਰਹੀਆਂ ਨੇ ਉਹ ਜਿਹੜੀ ਅੰਗੂਰੀ ਅੰਬ ਦੀ ਮੈਂ ਗੱਲ ਕਰ ਰਿਹਾ ਜਦੋਂ ਪਹਿਲੇ ਸਾਲ ਗਿਆ ਮੈਂ ਸੀਗਾ ਤੇ ਤੀਜੇ ਸਾਲ ਗਿਆ ਉਹ ਹੈ ਨਹੀਂ ਸੀ ਮੈਂ ਕਿਹਾ ਉਹ ਕਿੱਥੇ ਗਿਆ ਮੇਰੇ ਨਾਲ ਕੋਈ ਹੋਰ ਗਿਆ ਮੈਂ ਉਹਨੂੰ ਦਿਖਾਉਣਾ ਸੀ ਆਈ ਤੁਹਾਡੇ ਬਾਬੂ ਕੋਈ ਸੱਜਣ ਬੀਲੀ ਲੈ ਕੇ ਗਿਆ ਵੀ ਵੀਡੀਓ ਸ਼ੂਟ ਕਰਨ ਲਈ ਉਹ ਕਹਿੰਦਾ ਜੀ ਉਹ ਪਿਛਲੇ ਸਾਲ ਜਿਹੜਾ ਹੈਗਾ ਉਹ ਦਰਾਖਤ ਹਾਂ ਖਤਮ ਹੋ ਗਿਆ ਅੱਧਾ ਟੁੱਟ ਗਿਆ ਸੀ ਤੇ ਚੱਕ ਤੱਕ ਹੈੜੇ ਹਣਾ ਤਾਂ ਉਹ ਵੈਰੈਟੀਆ ਖਤਮ ਹੋ ਰਹੀਆਂ ਸੀ ਜਿਹੜਾ ਗੰਗੀਆਂ ਬਣਾਇਆ ਹੀ ਇਸ ਗੱਲ ਪਾਰਟਿਕੂਲਰਲੀ ਡਾਕਟਰ ਰੰਧਾਵਾਦੀ ਸੀ ਕਿ ਜਿਹੜੀਆਂ ਸਾਡੀਆਂ ਪ੍ਰਾਣੀਆਂ ਰਵੈਤੀ ਕਿਸਮਾਂ ਨੇ ਇਸ ਪਰਟੀਕੂਲਰ ਦਬਾਬੇ ਦੀਆਂ ਉਹ ਬਚੀਆਂ ਅਗਲੀਆਂ ਪੀੜ੍ਹੀਆਂ ਤੱਕ ਜਾਣ ਔਰ ਇੱਕ ਅੰਬਾ ਦੇ ਮਾਮਲੇ ਚੋਂ ਦਾ ਇੱਕ ਬੜਾ ਖਾਸ ਜਿਹੜੇ ਲੋਕ ਰਦਾਵਾ ਬਾਰੇ ਜਾਣਦੇ ਆ ਜਾਂ ਉਹਨਾਂ ਬਾਰੇ ਪੜਿਆ ਉਹ ਇੱਕ ਗੱਲ ਕਹਿੰਦੇ ਹੁੰਦੇ ਵੀ ਜਿਹੜੇ ਜੋ ਹੁਣ ਦਫ਼ਤਰਾਂ ਦੇ ਵਿੱਚ ਨਾ ਬੜੇ ਤਰ੍ਹਾਂ ਦੇ ਲੋਕ ਹੁੰਦੇ ਹਨ ਕੋਈ ਰੁਹੀ ਜਾਂਦੇ ਰਹਿੰਦੇ ਆ ਵੀ ਹੋਏ ਆ ਹੋ ਗਿਆ ਮਰ ਗਿਆ ਲੁੱਟਿਆ ਗਿਆ ਹਨ ਉਹ ਬੰਦੇ ਨੂੰ ਬਜ਼ਾਰੂ ਕਰਦੇ ਹੁੰਦੇ ਸੀ ਵੀ ਯਾਰ ਕਿ ਉਹ ਜਿਹੜੇ ਬੰਦੇ ਨੇ ਹਮੇਸ਼ਾ ਮਤਲਬ ਕਹਿੰਦੇ ਵੀ ਮੁਸ਼ਕਲ ਲੱਗੀ ਜਾਣਾ ਜੀ ਉਹ ਮੇਰਾ ਆ ਨਹੀਂ ਆ ਨਹੀਂ ਉਹ ਕਹਿੰਦੇ ਉਹ ਨੂੰ ਫੇਰ ਉਹ ਨਾ ਜਿਹੜਾ ਕੋਈ ਗਰਮੀ ਦੇ ਦਿਨਾਂ 'ਚ ਆ ਜਾਂਦਾ ਸੀ ਉਹ ਨਾ ਉਸ ਰੁੱਤ 'ਚ ਆਏ ਨਹੀਂ ਉਹ ਕਹਿੰਦੇ ਉਹ ਕਰ ਕਿ ਤੈਨੂੰ ਹੁਣ ਤੂੰ ਇੱਕ ਛੁੱਟੀ ਮੰਗਦਾ ਨਾ ਤੈਨੂੰ 15 ਦਿੱਤੀ ਐ ਤੂੰ ਦੁਆਬੇ ਜਾਣਾ 15 ਦਿਨ ਇਹ ਭੁੰਨ ਜਾਣਾ ਵੀ ਤੂੰ ਕੋਈ ਅਫਸਰ ਲੱਗਾ ਤੂੰ ਆਂਬੀ ਚੂਪੜੇ ਤੇ ਸੋਣਾ ਅੱਛਾ ਉਹ ਅਸਲ 'ਚ ਉਹਦੇ ਪਿੱਛੇ ਕੀ ਸੀ ਵੀ ਤੁਸੀਂ ਜਿਹੜੇ ਅਸੀਂ ਦਫ਼ਤਰਾਂ 'ਚ ਬੈਠੇ ਹੋਏ ਕੁਦਰਤੀ ਮਾਹੌਲ ਤੋਂ ਟੁੱਟ ਜਾਂਦੇ ਆ ਔਰ ਸਾਡੇ ਜੋ ਹੁਣ ਮੈਂ ਤੁਹਾਨੂੰ ਦੱਸਿਆ ਕਿ ਵੀ ਅਸੀਂ ਬਾਲਟੀ-ਬਾਲਟੀ ਉਹ ਟੋکریاں-ਟੋکریاں ਵਧੀਆ ਸਾਜ ਦੇ ਤਾਂ ਇਹ ਜਦੋਂ ਕੁਦਰਤੀ ਰੂਪ ਚ ਪੱਕੇ ਹੋਏ ਫਲ ਆ ਨਾ ਇਹ ਖਾਸ ਕਰਕੇ ਆਮੜੇ ਇਹ ਤੁਹਾਨੂੰ ਥੋੜੀ ਜਿਹੜੀ ਪਾਚਣ ਪ੍ਰਣਾਲੀ ਆ ਅੱਜ ਜੇ ਇੱਕ ਘਰ ਦੇ ਵਿੱਚ ਐਵਰੇਜ ਮੰਨ ਲਓ 6 ਮੈਂਬਰ ਆ ਨਾ ਉਹਨਾਂ ਵਿੱਚ ਦੋ ਜਾਂ ਤਿੰਨ ਦੀ ਪਾਚਣ ਪ੍ਰਣਾਲੀ ਖਰਾਬ ਆ ਮੰਨਦੇ ਨਹੀਂ ਇਹ ਸਾਡੇ ਲੋਕ ਪਰ ਖਰਾਬ ਆ ਔਰ ਆਮਬ ਐਸਾਚ ਇੱਕ ਦਵਾਈ ਆ ਅਸ਼ਰੀਆ ਦਵਾਈ ਤੋਂ ਭਾਵੇਂ ਪਰ ਦੂਜੀ ਪਾਸ ਮਤਲਬ ਹੋਰ ਸ਼ਬਦਾਂ 'ਚ ਗੱਲ ਕਰੀਏ ਤੋ ਬੜਾ ਇਹਦੇ 'ਚ ਤਾਂ ਮਤਲਬ ਬੜੇ 골ਡੇ ਬਈ ਇਤਿਹਾਸ ਕੀ ਇਹਦਾ ਅੰਬ ਦਾ ਇਤਿਹਾਸ ਜਦੋਂ ਜੇ ਅਸੀਂ ਮਤਲਬ ਟੈਕਨੀਕਲੀ ਦੇਖਦੇ ਤਾਂ 4000 ਸਾਲ ਪੁਰਾਣਾ ਮੰਨਿਆ ਜਾਂਦਾ ਔਰ ਇਹਦੇ ਵਿੱਚ ਜਿਹਦਾ ਅੰਬ ਦਾ ਜ਼ਿਕਰ ਤੁਹਾਨੂੰ ਰਮਾਇਣ 'ਚ ਵੀ ਮਿਲੂਗਾ ਮਹਾਭਾਰਤ ਦੇ ਵਿੱਚ ਵੀ ਮਿਲੂਗਾ ਹਨਾ ਕਾਲੀਦਾਸ ਦੀਆਂ ਕਵਤਾਵਾਂ 'ਚ ਤੁਹਾਨੂੰ ਮਿਲੂਗਾ ਤੁਸੀਂ ਦੇਖੋ ਕਿ ਹਜੇ ਵੀ ਜਿਹੜੀਆਂ ਸੈਰਮੋਨੀਜ਼ ਜਦੋਂ ਕੀਤੀਆਂ ਜਾਂਦੀਆਂ ਨੇ ਕਈ ਸੂਬਿਆਂ ਦੇ ਵਿੱਚ ਜਾਂ ਹੀਪੁਰ ਪੰਜਾਬ 'ਚ ਵੀ ਅੰਬ ਦੇ ਪੱਤੇ ਜਿਹੜੇ ਹੈਗੇ ਆ ਉਹ ਬੜਾ ਸ਼ੁਭ ਸੰਕੇਤ ਮੰਨਿਆ ਜਾਂਦਾ ਉਹ ਦਰਾਂ ਤੇ ਬੰਦੇ ਜਾਂਦੇ ਹਾਂ ਜਿਵੇਂ ਹੁਣ ਮਾਲਵੇ 'ਚ ਜਦੋਂ ਕੋਈ ਬੱਚਾ ਜਨਮ ਲੈਂਦਾ ਪਾਰਟਿਕੁਲਰਲੀ ਬੇਟਾ ਜਨਮ ਲੈਂਦਾ ਤੇ ਸ਼ਰੀਂ ਦੇ ਪੱਤੇ ਬੰਦੇ ਜਾਂਦੇ ਹਨ ਤੇ ਇਹ ਜਿਹੜਾ ਦੁਆਬੇ ਵਾਲਾ ਏਰੀਆ ਹੈਗਾ ਤਾਂ ਉਹ ਕਈ ਲੋਕ ਕਈ ਲੋਕ ਮਤਲਬ ਬੱਚੇ ਦੇ ਜਨਮ ਲੈਣ ਤੇ ਵੀ ਬੰਦੇ ਆ ਕਈ ਲੋਕ ਜਿਵੇਂ ਘਰੇ ਵੈਸੇ ਕੋਈ ਪਾਠ ਰਖਾਇਆ ਜਾਂਦਾ ਇਥੇ ਧਿਆਨ ਆ ਉਦੋਂ ਵੀ ਰਖਦੇ ਆ ਕੁੱਲ ਮਿਲਾ ਕੇ ਜਿਹੜਾ ਤੁਹਾਡਾ ਸਵਾਲ ਚ ਵੀ ਇਹਦਾ ਇਤਿਹਾਸ ਬਹੁਤ ਪੁਰਾਣਾ ਹੈ ਔਰ ਇਹਦੀ ਜਿਹੜੀ ਕਾਸ਼ਤ ਹੈਗੀ ਆ ਪਹਿਲਾਂ ਮਤਲਬ ਬੇਸਿਕਲੀ ਪਹਿਲਾਂ ਤਾਂ ਜੰਗਲੀ ਰੂਪ ਚ ਹੁੰਦਾ ਸੀ ਕਿਉਂਕਿ ਇਹਦੀ ਜਿਹੜੀ ਗਿਟਕਾ ਉਹ ਜਦੋਂ ਅੰਬ ਚੂਪ ਲਿਆ ਚਾਹੇ ਉਹ ਮਲੋਖੜੇ ਖਾਂਦਾ ਤੇ ਚਾਹੇ ਉਹ ਕਿਸੇ ਜਾਨਵਰ ਨੇ ਖਾਂਦਾ ਉਹ ਫਿਰ ਜਦੋਂ ਉਹ ਗਿੜਕ ਸਹੀ ਜਗ੍ਹਾ ਤੇ ਤੇ ਸਹੀ ਹੁਣ ਮੋਇਸਚਰ ਮਿਲ ਜਾਂਦਾ ਸੀ ਤੇ ਅੱਗੇ ਉੱਗਿਆ ਹੁੰਦਾ ਸੀ ਖਾਸ ਕਰਕੇ ਜਿਹੜਾ ਆਮਬਨ ਆਮਬ ਤੁਨੂੰ ਇੱਕ ਤਾਂ ਇਹ ਥੋੜਾ ਜਿਹਾ ਜਿਹੜਾ ਠੰਡਾ ਮਾਹੌਲ ਪਸੰਦ ਕਰਦਾ ਜਿਵੇਂ ਦੋਆਬਾ ਆਪਣੇ ਮਾਲਵੇ ਵਾਲੇ ਏਰੀਏ ਨਾਲੋਂ ਠੰਡਾ ਹੈ ਨਾ ਉੱਥੇ ਆ ਇੱਕ ਦੂਜਾ ਇਹ ਜਿਹੜਾ ਪਾਣੀ ਦੇ ਦੋਆਬੇ ਚ ਚੋ ਬਹੁਤ ਰੇ ਔਰ ਇਹਦਾ ਜਿਹੜਾ ਪਾਰਟਿਕੂਲਰ ਆਮਬ ਦਾ ਜਿਹੜਾ ਜਿਵੇਂ ਹੁਣ ਚਲੋ ਬਾਗ ਲਾਉਣ ਲੱਗੇ ਤਾਂ ਹੁਣ ਅਸੀਂ ਲੱਭ ਕੇ ਲਿਆਉਣੇ ਆ ਚਾਹੇ ਉਹ ਬੂਰ ਤੋਂ ਵੀ ਇੱਥੇ ਬੂਟੇ ਆਮਬ ਦੇ ਲੈਣ ਆਉਣੇ ਹੈ ਨਾ ਤੇ ਪੁਰਾਣੇ ਵੇਲੇ ਤਾਂ ਜਿਹੜਾ ਜਿਹੜੀਆਂ ਗੜਕਾਂ ਸੀ ਐ ਬੇਸਿਕਲੀ ਉਹ ਤੁਹਾਨੂੰ ਪਤਾ ਹਲਕੀਆਂ ਹੁੰਦੀਆਂ ਵੇਖਣ ਨੂੰ ਕਈਆਂ ਦੀਆਂ ਵੱਡੀਆਂ ਹੁੰਦੀਆਂ ਪਰ ਹੁੰਦੀਆਂ ਹਲਕੀਆਂ ਇਹ ਪਾਣੀ 'ਚ ਤਰ ਕੇ ਜਾਂਦੀਆਂ ਸੀ ਹਾਂ ਜਿਹੜਾ ਇਹਦਾ ਵਾਅਦਾ ਸੀ ਨਾ ਮਤਲਬ ਉਹ ਇਦਾਂ ਹੀ ਹੁੰਦਾ ਸੀ ਵੀ ਪਾਣੀ 'ਚ ਤਰ ਕੇ ਜਿੱਥੇ ਗੜਕ ਚਲੀ ਗਈ ਜਿੱਥੇ ਪਹੁੰਚ ਗਈ ਉੱਥੇ ਉੱਗਿਆ ਹੁੰਦੇ ਸੀ ਮਤਲਬ ਬਾਤ ਬਾਣੀ ਨਾ ਜਿਹੜੀ ਜਿਹੜੇ ਬੀਜ ਬਣਾਏ ਆ ਹਨ ਉਹ ਬੜੇ ਮਤਲਬ ਬਾ ਕਮਾਲ ਚ ਯਾਰ ਰੁੱਖਾਂ ਦੇ ਵਿੱਚ ਤੁਸੀਂ ਆ ਬੀਜਾਂ ਨੂੰ ਬੜਾ ਲੋਕ ਸੋਚਦੇ ਹੀ ਨਹੀਂ ਹਨਾ ਵੀ ਤੁਸੀਂ ਦੇਖੋ ਵੀ ਜੁਹਰਿੰਡਾ ਹਾਂ ਉਹਨੇ ਉਹਨੇ ਤੁਹਾਡੇ ਪਜਾਮੇ ਨਾਲ ਲੱਗ ਜਾਣਾ ਇੱਥੋਂ ਪਤਾ ਨਹੀਂ ਕਿੱਥੇ ਪਹੁੰਚ ਜਾਣਾ ਅੱਕ ਦੇ ਜਿਹੜੀਆਂ ਉਹ ਅੰਬੀਆਂ ਜਿਹੜੀਆਂ ਅੰਬੀ ਟਾਈਪ ਲੱਗਦੀਆਂ ਨੇ ਹਨਾ ਉਹਦੇ ਵਿੱਚ ਉਹਨੇ ਫਟਣਾ ਤੇ ਉਹਨੂੰ ਵੀ ਅੰਬੀਆਂ ਕਹਿੰਦੇ ਆ ਆਪਾਂ ਅੰਬ ਦੀ ਗੱਲ ਕਰਦੇ ਆ ਤੇ ਉਹ ਅੱਕਾਂ ਦੇ ਆ ਬੰਬੂਆ ਵਾਂਗੂ ਤੇਰੇ ਵਾਦੇ ਉੱਡ-ਪੁੱਡ ਖਿੰਡ ਗਏ ਤੇ ਉਹ ਤੇ ਉਹ ਉਹ ਦੇਖੋ ਤੁਸੀਂ ਉਹ ਗਾਲਾ ਹਾਕੋ ਸੁਫੀ ਨੇ ਕਾਇਆ ਸੀ ਇਹ ਤੇ ਉਹ ਪਰ ਉਸ ਗਾਣੇ ਦੇ ਵਿੱਚ ਉਹ ਤਾਂ ਚਾਹੇ ਜਿਹਦੀ ਬਾਦਾਂ ਦੀ ਗੱਲ ਕਰਦਾ ਸੀ ਪਰ ਉਹ ਟੈਕਨੀਕਲੀ ਗੱਲ ਦੱਸ ਗਿਆ ਵੀ ਉਹ ਬਾਦੇ ਉੱਡ ਪੁੱਲ ਖਿੰਡ ਗਿਆ ਪਤਾ ਨਹੀਂ ਕਿੱਥੇ ਚਲੇ ਗਿਆ ਖੈਰ ਆਪਾਂ ਅੰਬਾਂ ਦੇ ਵਾਪਸ ਆਉਣੇ ਮਤਲਬ ਇਹਦਾ ਬੜਾ ਧਰਮ ਨਾਲ ਵੀ ਬਈ ਸੰਬੰਧ ਹੈ ਧਰਮ ਜਿਵੇਂ ਦੱਸਿਆ ਵੀ ਸਾਡੇ ਜਿਹੜਾ Hindu ਲੋਹ ਰੀਤਾਂ 'ਚ ਤਾਂ ਹੈਗੇ ਹੀ ਹੈਗਾ ਹਨ ਵੱਖ-ਵੱਖ ਰਮਾਇਣ ਦੀ ਗੱਲ ਕੀਤੀ ਮਹਾਪਰ ਦੀ ਉਸ ਤੋਂ ਬੜਾ ਜਿਹੜੇ ਸਿੱਖ ਧਰਮ ਦੇ ਵਿੱਚ ਮਹਾਲੀ ਦੇ ਵਿੱਚ ਗੁਰਦੁਆਰਾ ਅੰਬ ਸਾਹਿਬ ਹੈਗਾ ਹਨ ਤੇ ਹੋਰ ਵੀ ਜਿਹੜਾ ਅੰਬ ਨਾਲ ਸਾਡੇ ਸਭ ਤੋਂ ਵੱਡੀ ਗੱਲ ਵੀ ਗੁਰਬਾਣੀ ਚ ਆਉਂਦਾ ਵੀ ਕੋਕਲ ਹੋਵਾ ਬਬਸਾ ਸਹਿਜ ਸਭ ਜੁ ਵਿਚਾਰ ਸੋ ਅੰਬਦਾ ਜਿਹੜਾ ਜ਼ਿਕਰ ਹੈਗਾ ਉਹ ਬੇਸਿਕਲੀ ਨਾ ਜਿਹੜੇ ਸਾਡੇ ਜੋ ਪਹਿਲੀ ਵਾਰ ਸ਼ਹੀ ਜਿੰਨੇ ਵੀ ਸਾਡੇ ਗੁਰੂ ਪੀਰ ਹੋਏ ਹਨ ਇਹ ਇਹ ਨਾਲ ਇਹ ਗੁਰੂ ਤਾਂ ਸੀਗੇ ਸੀਗੇ ਸਾਡੇ ਮਾਰਗਦਰਸ਼ਕ ਤਾਂ ਸੀਗੇ ਇਹ ਟਰੈਵਲਰ ਵੀ ਸੀਗੇ ਹੂੰ ਬਿਲਕੁਲ ਤਾਂ ਉਹ ਜਦੋਂ ਟਰੈਵਲ ਕਰਦੇ ਸੀ ਫਿਰ ਉਹ ਇਹੋ ਜਿਹੇ ਰੁੱਖਾਂ ਬੂਟਿਆਂ ਦਾ ਜਿਹੜਾ ਆਸਰਾ ਲੈਂਦੇ ਸੀਗੇ ਹਨ ਤਾਂ ਉਹ ਆਸਰਾ ਲੈਂਦੇ ਸੀ ਫਿਰ ਉੱਥੇ ਅੰਬ ਦੀ ਯਾਰ ਅਬ ਥੱਲੇ ਬੈਹਿ ਕੇ ਤਾਂ ਮਤਲਬ ਆਪਣੇ ਵਰਗੇ ਜਿਹੜਾ ਪਾਪੀ ਬੰਦੇ ਨੇ ਉਹ ਵੀ ਆਨੰਦ ਉਹਦਾ ਤੇ ਜਿਹੜੇ ਪਹੁੰਚੀਆਂ ਹੋਈਆਂ ਰੂਹਾਂ ਸੀ ਉਹ ਤਾਂ ਪਤਾ ਨਹੀਂ ਕਿੱਥੇ ਪਹੁੰਚ ਜਾਂਦੀਆਂ ਹੋਣਗੀਆਂ ਕਿਉਂਕਿ ਅੰਬ ਦਾ ਰਿਲੇਸ਼ਨ ਕੋਇਲ ਨਾਲ ਬਹੁਤ ਜ਼ਿਆਦਾ ਜਦੋਂ ਅੰਬੀਆਂ ਨੂੰ ਬੂਰ ਪਿਆ ਹਨਾ ਮਤਲਬ ਅੰਬ ਤੇ ਫੂਕ ਬਹੁਤ ਜ਼ਿਆਦਾ ਮੈਨੂੰ ਤਾਂ ਮਤਲਬ ਫੂਕ ਅਟਰੈਕਟ ਹੀ ਕਰ ਬਹੁਤ ਜ਼ਿਆਦਾ ਕਰਦਾ ਕੋਈ ਸੁਣਾ ਦੇ ਬਈ ਕਦੇ ਨਾਲ ਅੰਬੀ ਉਹ ਹੈ ਨਾ ਅੰਬੀਆਂ ਨੂੰ ਬੂਰ ਪਿਆ ਉੱਚੇ ਦਾ ਨਾਮ ਵੀ ਮਾਇਆ ਦੂਰ ਗਿਆ ਹੈ ਨਾ ਤੇ ਟੱਪੇ ਟੱਪੇ ਟੱਪਿਆਂ ਦੇ ਵਿੱਚ ਹੈ ਨਾ ਬੂਰ ਤੇ ਬਹੁਤ ਜ਼ਿਆਦਾ ਮਤਲਬ ਹੈਗਾ ਬੂਰ ਜਦੋਂ ਬੂਰ ਪੈਂਦਾ ਨਾ ਤੇ ਉਦੋਂ ਹੀ ਕੋਇਲ ਦਾ ਜਿਹੜਾ ਜਿਹੜੀ ਬੀਸਿਕਲੀ ਉਹ ਇੱਕ ਮਾਹੌਲ ਸਿਰਜਿਆ ਜਾਂਦਾ ਤੇ ਉਹਨਾਂ ਦਿਨਾਂ 'ਚ ਜਦੋਂ ਬੂਰ ਪੈਂਦਾ ਤੇ ਗਰਮੀ ਵਧਣੀ ਸ਼ੁਰੂ ਹੋ ਜਾਂਦੀ ਹੈ ਸ਼ਾਂਤੀ ਬਸਰਦੀ ਹੈ ਤੇ ਫਿਰ ਜਦੋਂ ਕੋਇਲ ਦੀ ਆਵਾਜ਼ ਉਹ ਕੋਇਲ ਕੂਕਦੀ ਹੈ ਤੇ ਉਹ ਮਾਸ਼ਾਅੱਲਾ ਉਹ ਬਹੁਤ ਸੋਹਣਾ ਹਸੀਨ ਜਿਹੜਾ ਮਾਹੌਲ ਹੁੰਦਾ ਉਹ ਉਹਨਾਂ ਵੇਲੇ ਬਿਲਕੁਲ ਭਾਈ ਮੁਗਲਾਂ ਨਾਲ ਕੀ ਸੰਬੰਧ ਹੈ ਯਾਰ ਸਾਡੇ ਨਾਲ ਮਤਲਬ ਵੈਸੇ ਤਾਂ ਸਾਡੇ ਮੁਗਲ ਰਹੇ ਮਤਲਬ ਹੈਣਾ ਸਾਨੂੰ ਤੰਗ ਬਹੁ ਕੀਤਾ ਸਾਡੇ ਵੜੋੜੇ ਰਹਿਣ ਦੇ ਇਹਨਾਂ ਨੇ ਤੇ ਪਰ ਇਹਨਾਂ ਦਾ ਉਹ ਬਾਗ ਬਗੀਚਿਆਂ 'ਚ ਇਹ ਰਾਜਾ ਮਹਾਰਾਜਾਂ ਦਾ ਉਹ ਸਟਾਈਲ ਹੁੰਦਾ ਸੀ ਸ਼ਕੀਨ ਹੁੰਦੇ ਸੀ ਔਰ ਮੁਗਲਾਂ ਦੇ ਵਿੱਚ ਖਾਸ ਤੌਰ ਤੇ ਰਿਹਾ ਵੀ ਮੁਗਲ ਜਿਵੇਂ ਗੁਲਾਬ ਦੇ ਬਹੁਤ ਸ਼ਕੀਨ ਰਹੇ ਆ ਉਵੇਂ ਹੀ ਮੁਗਲ ਦਾ ਮੁਗਲ ਰਾਜੇ ਮਹਾਰਾਜ ਇਹ ਨਾ ਅੰਬਾਂ ਦੇ ਬਹੁਤ ਸ਼ਕੀਨ ਰਹੇ ਆ ਹੂੰ ਰਾਜਿਆਂ ਦੇ ਵਿੱਚ ਇੱਕ ਖਾਸ ਗੱਲ ਹੁੰਦੀ ਸੀ ਵੀ ਜਿਹੜੇ ਰਾਜੇ ਦੀ ਦੂਜੇ ਰਾਜੇ ਨਾਲ ਬੰਦੀ ਹੈ ਨਾ ਤੇ ਜੇ ਮੰਨ ਲਓ ਮੰਨ ਲਓ ਇੱਕ ਰਾਜੇ ਦੇ ਮਤਲਬ ਖੇਤਰ ਦੇ ਵਿੱਚ ਅੰਬਾਂ ਦੇ ਘਾਟ ਬੂਟੇ ਆ ਫਿਰ ਉਹਦੇ ਜਿਹੜੇ ਅੰਬਾਂ ਦੇ ਜਦੋਂ ਪੱਕ ਜਾਂਦੇ ਸੀ ਉਹ ਵਿਸ਼ੇਸ਼ ਤੌਰ ਤੇ ਉਹਨਾਂ ਦੇ ਜਿਹੜੇ ਦੂਤ ਆ ਉਹਨਾਂ ਨੂੰ ਤੋਹਫੇ ਵਜੋਂ ਦਿੱਤੇ ਜਾਂਦੇ ਸੀ ਪਰ ਇੱਕ ਰਾਜੇ ਦਾ ਦੂਜੇ ਰਾਜੇ ਨੂੰ ਅੰਬ ਦੇਣਾ ਬੜੀ ਘੈਂਟ ਗੱਲ ਮੰਨੀ ਜਾਂਦੀ ਸੀ ਉਹਨਾਂ ਦੇ ਵਿੱਚ ਬੜੀ ਸਾਂਝ ਹੈ ਮੁਗਲ ਬਾਦਸ਼ਾਹ ਖਾਸ ਕਰਕੇ ਜਿਵੇਂ ਜਿਹੜੇ ਅਕਬਰ ਸੀਗਾ ਹਨਾ ਉਹ ਬਿਹਾਰ ਦੇ ਵਿੱਚ ਦਰਬੰਗਾ ਸ਼ਹਿਰ ਆ ਉੱਥੇ ਉਹਨਾਂ ਨੇ 100 ਵਿੱਗੇ ਦੇ ਵਿੱਚ ਜਿਹੜਾ ਬੂਟੇ ਲਵਾਇ ਸੀ 1 ਲੱਖ ਬੂਟਾ ਲਵਾਇਆ ਸੀਗਾ ਉਹਨੂੰ ਲੱਖੀ ਬਾਗ ਦਾ ਨਾਮ ਦਿੱਤਾ ਗਿਆ ਸੀ ਔਰ ਈਵਨ ਜਿਹੜੀ ਰਾਣੀ ਨੂਰ ਜਹਾਂ ਸੀਗੀ ਹੈਨਾ ਤਾਂ ਉਹ ਵੀ ਅੰਬਾ ਦੀ ਤੇ ਗੁਲਾਬ ਦੀ ਦੀਆਂ ਪੱਤੀਆਂ ਦੀ ਬਹੁਤ ਸ਼ਕੀਮ ਸੀ ਮਤਲਬ ਕੁੱਲ ਮਿਲਾ ਕੇ ਜੇ ਤੁਸੀਂ ਮੁਗਲਾਂ ਦਾ ਬਾਗ ਦੇਖੋਗੇ ਪੰਜੌਰ ਚਲੇ ਜਾਓ ਯਾਰ ਆਪਣੇ ਮਤਲਬ ਜਿਹੜੀ ਆਪਣੀ ਪੰਜਾਬ ਦੇ ਵਿੱਚ ਜੇ ਮੁਗਲਾਂ ਨਾਲ ਸੰਬੰਧਿਤ ਕੋਈ ਸਥਾਨ ਹੈਗਾ ਨੇੜੇ ਆ ਕਿ ਪੰਜੌਰ ਦਾ ਹੈਗਾ ਮੁਗਲ ਗਾਰਡਨ ਸਭ ਤੋਂ ਨੇੜੇ ਆਪਣੇ ਤੇ ਉੱਥੇ ਕਿੰਨੇ ਅੰਬ ਲੱਗੇ ਹੋਏ ਆ ਉੱਥੇ ਮੇਰੇ ਇਸ ਇਲਾਕੇ ਦੇ ਵਿੱਚ ਤਾਂ ਜਿਵੇਂ ਆਪਣੇ ਮਾਲ ਵਿੱਚ ਕਿਕਰਾਂ ਲੱਗੀਆਂ ਤੇ ਇਦਾਂ ਹੀ ਅੰਬ ਲੱਗੇ ਹਾਂ ਉਹ ਕਿਉਂਕਿ ਹੁਣ ਕਿਕਰਾਂ ਨੂੰ ਵੀ ਕਿਕਰਾਂ ਨੂੰ ਕੋਈ ਲਾਉਂਦਾ ਥੋੜਾ ਸੀਗਾ ਕੁਦਰਤੀ ਰੂਪ 'ਚ ਸੀਗਾ ਉਹ ਵੀ ਅੰਬ ਜੋ ਮੈਂ ਤੁਹਾਨੂੰ ਦੱਸਿਆ ਵੀ ਉਹ ਜਿਵੇਂ ਜਦੋਂ ਮੀਂਹ ਪੈਂਦੇ ਸੀ ਇਹ ਚੋ ਵਗਦੇ ਸੀ ਤੇ ਅੰਬ ਪੱਕਦੇ ਸੀ ਤੇ ਲੋਕ ਆਪਣੇ ਵਰਗੇ ਖਾ ਕੇ ਉੱਥੇ ਸਾਡੇ ਲੋਕ ਸਫਾਈ ਤੋਂ ਸੁੱਖ ਨਾਲ ਸ਼ੁਰੂ ਤੋਂ ਪਸੰਦ ਇੰਨੇ ਕੀ ਇਹਨਾਂ ਨੂੰ ਪਤਾ ਹੀ ਆ ਵੈਸੇ ਤਾਂ ਚਲੋ ਇਹ ਤਾਂ ਕੁਦਰਤੀ ਚੀਜ਼ ਹੁੰਦੀ ਆ ਅੰਮਾਲਾ ਵੀ ਬਈ ਇਹਦੇ ਤੇ ਨਾ ਹਾਂ ਜਿਹੜਾ ਅੰਮਾਲਾ ਦਾ ਜਿਹੜਾ ਪਾਰਟਿਕੂਲਰ ਨਾਂ ਹੈਗਾ ਬੇਸਿਕਲੀ ਇਹਨੂੰ ਪਹਿਲਾਂ ਅੰਬਾਂਵਾਲਾ ਕਿਹਾ ਜਾਂਦਾ ਸੀ ਇਹ ਹਾਲਾਂਕਿ ਸਾਡਾ ਪੰਜਾਬ ਨੂੰ ਜਿਹੜੇ ਨੂੰ ਅਸੀਂ ਹੁਣ ਦੇਖ ਰਹੇ ਆ ਹੁਣ ਤੋਂ ਜਦੋਂ ਪੁਰਾਣਾ ਨਕਸ਼ਾ ਦੇਖ ਕੇ ਬੈਠ ਕੇ ਬੰਦਾ ਜਦੋਂ ਸੋਚਦਾ ਹੈ ਯਾਰ ਸਾਡੇ ਅਸੀਂ ਇਧਰ ਸ਼ਿਮਲੇ ਤੋਂ ਲੈ ਕੇ ਤੇ ਕਿੱਥੋਂ ਤੱਕ ਹਰਿਆਣੇ ਤੱਕ ਅਸੀਂ ਸੀਗੇ ਤਾਂ ਪੰਜਾਬ ਚ ਹੀ ਹੁੰਦਾ ਸੀ ਇਹ ਏਰੀਆ ਤੇ ਇਹ ਅੰਬਾਵਾਲਾ ਤੋਂ ਵਾਲਾ ਪਿਆ ਸੋ ਮਤਲਬ ਬੜਾ ਜਿਹੜੇ ਪੁਰਾਣੇ ਅਸਲ ਜੀ ਬਈ ਮੈਂ ਤਾਂ ਗੱਲ ਕੀਤੀ ਉਹ ਬਰਿੰਦਰ ਨਾਲ ਮੁੰਡਾ ਆਪਣਾ ਉਹਦੇ ਸਹੁਰੇ ਆ ਅੱਛਾ ਤੇ ਉਹ ਮੈਨੂੰ ਕਹਿੰਦਾ ਰੰਬਾਲੇ ਬਾਰੇ ਮਾੜੀ ਜੀ ਗੱਲ ਕਰਦੇ ਇਹ ਤਾਂ ਕਰਨੀ ਪੈਣੀ ਸੀ ਐ ਤੇ ਮੈਂ ਆਇਆ ਜ਼ਰੂਰੀ ਐ ਮੇਰੇ ਘਰ ਵਾਲੇ ਨੇ ਕਿਹਾ ਸੀ ਅੰਬਾ ਦਾ ਤਾਂ ਸਾਡਾ ਅੱਬਾ ਵਾਲਾ ਤਾਂ ਸੀ ਇਹ ਸਾਡਾ ਤੁਸੀਂ ਨਾਂ ਹੀ ਨਹੀਂ ਲਿਆ ਹੈ ਸਹੀ ਗੱਲ ਬਈ ਇਹ ਜਿਹੜੇ ਬਾਗ ਬਾਰੇ ਤੁਸੀਂ ਮੈਨੂੰ ਦੱਸਿਆ ਹੈ ਨਾ ਜੀ ਇਨਾਮੀ ਬਾਗ ਦੱਸਿਆ ਹੋਰ ਵੀ ਹੁਣ ਬਈ ਕੀ ਮਾਹੌਲ ਐ ਤੁਹਾਨੂੰ ਕੀ ਲੱਗਦਾ ਬਈ ਇਹ ਸਭ ਨਾਲ ਤੁਸੀਂ ਖਤਮ ਹੋਣ ਦੀ ਗੱਲ ਕੀਤੀ ਬਹੁਤ ਸਾਰੀਆਂ ਜਿਹੜੀਆਂ ਕਿਸਮਾਂ ਉਹ ਖਤਮ ਹੋ ਗਈਆਂ ਯਾਰ ਇੱਕ ਤਾਂ ਜਿਹੜਾ ਮਤਲਬ ਮੈਂ ਮੈਂ ਵੀ ਖੁਦ ਵੀ ਜਿਹੜਾ ਹਾਲਾਂਕਿ ਮੈਂ ਮੈਂ ਤਾਂ ਆਪਦੇ ਆਪ ਨੂੰ ਹੈੱਡ ਮੱਲੀ ਮੰਨਦਾ ਜਦੋਂ ਕਿਸੇ ਨੂੰ ਨਹੀਂ ਸਮਝਉਂਦੀ ਕਰਦਾ ਕੀ ਮੈਂ ਕਹਿੰਦਾ ਹੈੱਡ ਮੱਲੀ ਹੈ ਨਾ ਹੈੱਡ ਮੱਲੀ ਹਾਂ ਹੈੱਡ ਮੱਲੀ ਹੈ ਨਾ ਤੇ ਪਰ ਮਤਲਬ ਵੀ ਪੀ ਐਚ ਡੀ ਕੀਤੀ ਕਰਕੇ ਵੀ ਵਿਗਿਆਨੀ ਵਰਗ ਨਾਲ ਵੀ ਜੁੜ ਜਾਂਦੇ ਆ ਹਨਾ ਸਾਡੇ ਨਾ ਇੱਕ ਯਾਰ ਇਹ ਬੜਾ ਅਨਫੋਰਚੂਨੇਟ ਹੋਇਆ ਕਿ ਅਸੀਂ ਵੀ ਜਿਹੜਾ ਬੰਦਾ ਜਿਹੜੇ ਕ੍ਰੌਪ ਤੇ ਕੰਮ ਕਰਦਾ ਜਿਹੜੇ ਫਸਲ ਤੇ ਕੰਮ ਕਰਦਾ ਜਿਹੜੇ ਫਾਲਤ ਤੇ ਕੰਮ ਕਰਦਾ ਉੱਥੋਂ ਤੱਕ ਸੀਮਿਤ ਹੋ ਜਾਂਦਾ ਹਨਾ ਤੇ ਉਹ ਫਿਰ ਉਹਨੂੰ ਕਦੇ ਨਾ ਪੀਪਰਾਂ ਤੱਕ ਸੀਮਤ ਹੋ ਜਾਂਦਾ ਵੀ ਮੇਰੇ ਜਿਹੜੇ ਆ ਹੈਗਾ ਵੀ ਇਹਦੇ ਵਿੱਚ ਮੈਂ ਕੀ ਕਰਨਾ ਕਿਦਾਂ ਵੀ ਜਿਵੇਂ ਮੈਂ ਬੜਾ ਫ੍ਰੈਂਕਲੀ ਗੱਲ ਕਰਾਂ ਵੀ ਜਿਹੜੀਆਂ ਜੋ ਡਾਕਟਰ ਰੰਧਾਵਾ ਦੀ ਸੋਚ ਸੀਗੀ ਉਹ ਉਹ ਜੇ ਜੇ ਤੁਸੀਂ ਅੱਜ ਜ ਕਿਸੇ ਵੀ ਖੋਜ ਕੇਂਦਰ ਤੇ ਜਾਓ ਆਈ ਨਹੀਂ ਹੈਗਾ ਵੀ ਤੁਹਾਨੂੰ ਫਰੂਟ ਨਹੀਂ ਮਿਲਦੇ ਪੀਯੂ ਬਹੁਤ ਸੋਹਣਾ ਕੰਮ ਕਰ ਰਹੀ ਆ ਬਟ ਉਹ ਜੇ ਆਪਾਂ ਕਹੋ ਵੀ ਉਹ ਇੱਕ ਨਾ ਪਸ਼ੋਕੜ ਨਾਲ ਕਨੈਕਟੀਵਿਟੀ ਨਹੀਂ ਹੋਈ ਜੇ ਕੋਈ ਪੁਰਾਣਾ ਬਜ਼ੁਰਗ ਕਹੇ ਵੀ ਹਾਂ ਉਹ ਲਾਲਟੜ ਵਾਲੀ ਲਾਲਟੜ ਵੈਰੈਟੀ ਲੈਣੀ ਹੈ ਜਾਂ ਜੋ ਜੜੀਆਂ ਵੀ ਉਹਨਾਂ ਵੇਲੇ ਦੀ ਹੈ ਨਾ ਭਾਬੀ ਵੈਰੈਟੀ ਲੈਣੀ ਹੈ ਤਾਂ ਉਹ ਨਵੇਂ ਸਾਇੰਸਦਾਨਾਂ ਨੂੰ ਇਹ ਤਾਂ ਪਤਾ ਹੋਊਗਾ ਵੀ ਜੀਐਨ 19 ਜੀਐਨ 18 ਦੇ ਕੈਰੈਕਟਰ ਕੀ ਨੇ ਪਰ ਇਹ ਕਿਹੜੀ ਨੂੰ ਕੀ ਨਾਮ ਦਿੱਤਾ ਗਿਆ ਸੀ ਆ ਉਹਨਾਂ ਨੇ ਤਾਂ ਸਾਇੰਟੀਫਿਕ ਕੰਮ ਕੀਤਾ ਸੀ ਅਸਲ 'ਚ ਉਹਦਾ ਵੀ ਕਹੋਗੇ ਉਹ ਹੁਣ ਉਹ ਉਹ ਜੜੀਆਂ ਉਹ ਵੈਰੈਟੀਆਂ ਤਾਂ ਨਹੀਂ ਰੱਖੀ ਨਾਂ ਨਹੀਂ ਨ ਰੱਖੇ ਜਾ ਸਕਦੇ ਉਹ ਦੇਣੇ ਸੀ ਬਟ ਉਹਦੇ ਨਾਲ-ਨਾਲ ਜਿਹੜਾ ਜਿਹੜਾ ਸਾਡਾ ਸਾਡਾ ਪਸ਼ੂਕੜ ਸੀ ਨਾ ਉਹਨੂੰ ਟੁੱਟਣ ਨਹੀਂ ਦੇਣਾ ਚਾਹੀਦਾ ਸੀ ਉਹ ਟੁੱਟ ਗਿਆ ਉਹ ਬੜੀ ਜਿਹੜੀ ਹੈਗੀ ਵਿੱਚ ਗੈਪ ਆਇਆ ਹੁਣ ਜਦੋਂ ਉਹ ਆਪਾਂ ਉਹ ਆਮ ਬੰਦੇ ਲਈ ਦਾ ਫਿਰ ਬੰਦਾ ਕਹਦਾ ਹੁਣ ਤਾਂ ਯਾਰ ਸਾਰੇ ਲੋਕ ਫਾਸਟ ਫੂਡ ਦਾ ਜ਼ਮਾਨਾ ਹੁਣ ਤਾਂ ਅਗਲਾ ਕਹਿੰਦਾ ਫਰੀਕ ਨੂੰ ਆਇਆ ਵੀ ਅਮਰਪਾਲੀਓ ਹੀ ਦੇ ਦੇਓ ਵੀ ਗਾਮਲੇ ਚ ਵੀ ਅੰਬ ਲੱਗ ਜਾਣ ਪਰ ਜੋ ਜਿਹੜੀਆਂ ਪੁਰਾਣੀਆਂ ਵੈਰਾਈਟੀਆਂ ਨੇ ਜਿਹੜੀਆਂ ਦੇਸੀ ਵੈਰਾਈਟੀਆਂ ਨੇ ਅੰਬਾਂ ਦੀਆਂ ਉਹ ਜੋ ਬਾਕਮਾਲ ਉਹਨਾਂ ਦਾ ਜੋ ਫਲਾਸੀਆਂ ਜਾਂ ਉਹਨਾਂ ਦਾ ਜੋ ਫਲ ਮਿਲਦਾ ਜੀ ਉਹਦਾ ਕੋਈ ਤੋੜ ਹੁਣ ਵਾਲੇ ਅੰਬ ਜਿਹੜੇ ਕਈ ਹੈਗੇ ਆ ਮਤਲਬ ਮੈਨੂੰ ਲੱਗਦਾ ਸ਼ਾਇਦ ਹਾਈਬ੍ਰਿਡ ਹੋਣਗੇ ਉਹ ਯਾਰ ਜਿਹੜੇ ਆਪਾਂ ਹੁਣ ਪਹਿਲੀ ਗੱਲ ਤਾਂ ਉਹ ਜੋ ਦੂਸੀ ਤੁਸੀਂ ਕਿਹਾ ਵੀ ਹਾਈਬ੍ਰਿਡ ਹੋਣਗੇ ਹਨਾ ਇਹ ਵੈਸੇ ਪਿਉਂਦ ਤੋਂ ਤਿਆਰ ਕੀਤਾ ਜਾਂਦਾ ਹਨਾ ਤੇ ਪਰ ਜੋ ਮੁੱਖ ਮੁੱਦਾ ਤਾਂ ਇਹ ਹੈ ਕਿ ਜਿਹੜਾ ਫਲ ਸਾਡੇ ਕੋਲੇ ਅਸੀਂ ਖਾ ਰਹੇ ਆ ਸੀਜ਼ਨ 'ਚ ਖਾਣਦੇ ਆ ਉਹ ਟਪਕੇ ਵਾਲਾ ਅੰਬ ਤਾਂ ਮਤਲਬ ਹੁਣ ਕੋਸ਼ ਖੇਤਾਂ 'ਚ ਜਾਂ ਜਿੰਨਾਂ ਦੇ ਕੋਲੇ ਲੱਗੇ ਉਹੀ ਆ ਬਹੁਤ ਕਿਹੋ ਜਿਹਾ ਸਾਰਾ ਦਵਾਈਆਂ ਖਾ ਰਹੇ ਅਸੀਂ ਹਾਂ ਸਵਾਦ ਹੋਰ ਹੈ ਨਹੀਂ ਬਾਈ ਉਹ ਮਤਲਬ ਯਾਰ ਅੰਬ ਦੀ ਹਜੇ ਗੱਲ ਬੂਰ ਪਿਆ ਨਹੀਂ ਹੁੰਦਾ ਤੇ ਅੰਬ ਮਾਰਕੀਟ 'ਚ ਆ ਜਾਂਦਾ ਕਿਉਂਕਿ ਸਟੋਰ 'ਚ ਸਾਲ ਪਾ ਲੋਕ ਕਈ ਰੱਖਦੇ ਆ ਪਤਾ ਨਹੀਂ ਫਿਰ ਇਹ ਜਿਹੜਾ ਖਾਣ ਪੀਣ ਦੇ ਮਾਮਲੇ 'ਚ ਨਾ ਜਿਹੜਾ ਜਿਹੜਾ ਸਾਡਾ ਅਸੀਂ ਲੋਕਲ ਵਾਲੋ ਟੁੱਟ ਗਏ ਆ ਮਤਲਬ ਜਿਹੜਾ ਜਿੱਥੋਂ ਦੀ ਮੂਲ ਮੂਲ ਨਾਲੋਂ ਟੁੱਟ ਵੈਸੇ ਹੀ ਮੂਲ ਨਾਲੋਂ ਅਸੀਂ ਟੁੱਟੀ ਜਾਂਦੇ ਆ ਵੀ ਉੱਥੋਂ ਦੀਆਂ ਕਿਸਮਾਂ ਉੱਥੋਂ ਦਾ ਸਮਾਂ ਇਲਸਾਰ ਜਿਹੜੀਆਂ ਚੀਜ਼ਾਂ ਨੇ ਕੁਦਰਤੀ ਚੀਜ਼ਾਂ ਨੇ ਉਹ ਵੀ ਆ ਮਤਲਬ ਅੰਬਾਂ ਦੇ ਨਾਂ ਤੇ ਉਹ ਤੁਸੀਂ ਜਿਵੇਂ ਸ਼ੁਰੂ ਜੀ ਗੱਲ ਕੀਤੀ ਕਟਰੀਨਾ ਗੈਫ ਵਾਲੀ ਉਹ ਅਲਫਾਂਸੋ ਮਸ਼ਹੂਰ ਹੋ ਗਿਆ ਉਹ ਜਿਹੜਾ ਉਹ ਆਹੀ ਪੁੱਛੂਗਾ ਡਾਰਸਾ ਅਲਫਾਂਸੋ ਕਿੱਥੋਂ ਮਿਲੂਗਾ ਉਹ ਯਾਰ ਹੋਰ ਵੀ ਬਹੁਤ ਵੈਰਾਈਟੀਆਂ ਨੇ ਪਰ ਠੀਕ ਹੈ ਅਲਫਾਂਸੋ ਵਧੀਆ ਵੈਰਾਈਟੀ ਆ ਸਵਾਦ ਆ ਉਹ ਪਰ ਸਾਡੀਆਂ ਜਿਹੜੀਆਂ ਲੋਕਲ ਵੈਰਟੀਆਂ ਹੋਰ ਵੀ ਬੜੀਆਂ ਨੇ ਉਹ ਉਹਨਾਂ ਨੂੰ ਵੀ ਅਸਲ 'ਚ ਜਿਹੜੀਆਂ ਇਹਦੇ ਤੋਂ ਗਾਂਹ ਪਦਾਰਥ ਤਿਆਰ ਹੋ ਕੇ ਬਣਨ ਲੱਗ ਗਏ ਨਾ ਉਹ ਵੀ ਆਪਾਂ ਨੂੰ ਇੰਨਾ ਤੱਕ ਪਹੁੰਚ ਨਹੀਂ ਪਹੁੰਚਣ ਦੇ ਦਿੰਦੇ ਹੁਣ ਜਿਹੜਾ ਇਹਨਾਂ ਦਾ ਬੱਤੀ ਤਿਆਰ ਹੋਇਆ ਇਹਨਾਂ ਦੇ ਨਾ ਅੰਬ ਤੋਂ ਬਣੇ ਹੋਏ ਉਹਦੇ 'ਚ ਬਹੁਤ ਸਾਰੀ ਠੰਡ ਵੀ ਹੁੰਦੀ ਹੈ ਜਾਂ ਹੋਰ ਵੀ ਲਾਟਰ ਪਾਟਰ ਹੁੰਦਾ ਤਾਂ ਅਸੀਂ ਉਹਨੂੰ ਤਰਜੀਹ ਜ਼ਿਆਦਾ ਨਹੀਂ ਦਿੰਦੇ ਮੇਰੇ ਹਿਸਾਬ ਨਾਲ ਯਾਰ ਅਸਲ 'ਚ ਨਾ ਇੱਕ ਉਹ ਪੰਜਾਬੀ ਜਿਹੜਾ ਕਹਿੰਦੇ ਵੀ ਉਹ ਹੱਥ ਹਲਾ ਕੇ ਲਾਜੀ ਨਹੀਂ ਕੋਈ ਹਾਂ ਉਹ ਹੁਣ ਪਹਿਲੀ ਗੱਲ ਤਾਂ ਜੇ ਅੱਜ ਤੋਂ 50 ਸਾਲ ਪਹਿਲਾਂ ਦੀ ਆਪਾਂ ਗੱਲ ਚਲੀਏ ਹਨ ਤੇ ਕੋਈ ਵੀ ਯਾਰ ਆਂਬ ਹੋਏ ਜਾਮਣਾ ਹੋਈਆਂ ਈਵਨ ਤੂਤੀਆਂ ਹੋਈਆਂ ਅਲ ਲੁਧਿਆਣੇ ਤਾਂ ਤੂਤੀਆਂ ਵੀ ਵਿਕਦੀਆਂ ਹਨ ਉਹ ਬਾਜ਼ਾਰੋਂ ਥੋੜਾ ਲੈਣ ਜਾਂਦਾ ਹੁੰਦਾ ਸੀ ਬੜਾ ਖਾਸ ਕਰਕੇ ਜਾਮਣਾ ਆਂਬ ਤਾਂ ਗਰਮੀ ਦੇ ਫਲ ਜਿਹੇ ਸੀਗੇ ਲੋਕ ਜਵਾਗ ਛੁੱਟੀਆਂ ਛਟੀਆਂ ਭੂਤਾ ਉ ਚਿੰਬੜ ਜਾਂਦੇ ਸੀ ਘਰੇ ਝੂਲੀਆਂ ਭਰ ਕੇ ਲਿਆਉਂਦੇ ਸੀ ਉਹ ਹੁਣ ਤਾਂ ਇਹ ਜਦੋਂ ਦਾ ਜਿਹੜੇ ਜੋੜੇ ਸਾਡੇ ਬਿਰਖ ਰੋਖੇ ਬ੍ਰਿਕਸ਼ ਹੋ ਗਏ ਆ ਜਦੋਂ ਦੇ ਟ੍ਰੀ ਹੋ ਗਏ ਆ ਉਹ ਜਿਹੜੀ ਨਵੀਂ ਜਨਰੇਸ਼ਨ ਆ ਹਨਾ ਉਹਨਾਂ ਲਈ ਦਰਖਤ ਉਹ ਪੁਰਾਣਾ ਜਿਹੜੇ ਹਜੇ ਵੀ ਪਰ ਜਿਹੜੇ ਪਿੰਡਾਂ ਦੇ ਪਿੰਡਾਂ ਵਾਲੀ ਬਣੀ ਦੀ ਤਾਂ ਆਪਣੇ ਮਾਰ ਦੀ ਛਾਲ ਚੜ ਜਾਂਦੀ ਅੰਬ ਤੇ ਨਵੀਂ ਤਾਂ ਉਹ ਪਤਾ ਹੀ ਨਹੀਂ ਦਰਖਤ ਤੇ ਚੜਨਾ ਕਿਵੇਂ ਹੈ ਹਨਾ ਖੈਰ ਉਹ ਕਹਿਣ ਦਾ ਭਾਵ ਕਿ ਉਹ ਜਿਹੜਾ ਕੁਦਰਤੀ ਰੂਪ ਚ ਫਲਾਂ ਦੀ ਪ੍ਰਾਪਤੀ ਆ ਉਹ ਖਤਮ ਹੋ ਗਈ ਫਿਰ ਅਗਲਾ ਕਹਿੰਦਾ ਯਾਰ ਪਹਿਲਾਂ ਅੰਬ ਲੈ ਕੇ ਆਵਾਂਗੇ ਫਿਰ ਚਿੱਲਾਗੇ ਫਿਰ ਉਹ ਇੰਨੀ ਦੇਰ ਤੱਕ ਸੀਰੀਅਲ ਲੰਘਿਆਣਾ Netflix ਦੀ ਸੀਰੀਜ਼ ਲੰਘਿਆਣੀ ਉਹ ਟੱਕਣ ਖੋਲੋ ਗਲਾਚ ਪਾਓ ਨਾਲੇ ਮੇ ਹੱਥ ਲਵੇੜਾਂਗੇ ਨਾਲੇ ਹੱਥ ਲਵੇੜਾ ਹੈ ਉਹ ਮੈਂ ਨਾ ਅਕਸਰ ਹੀ ਗਰਮੀਆਂ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਤੁਰੇ ਫਿਰਦੇ ਰਹਿੰਦੇ ਆਪਾਂ ਹੈ ਹੀ ਪੜਕਣ ਚ ਤਾਂ ਹੈਗੇ ਤੇ ਸਾਲ 'ਚ ਘੱਟੋ ਘੱਟ 2-3 ਘਰ ਇਹੋ ਜੇ ਹੁੰਦੇ ਆ ਵੀ ਜਦੋਂ ਜਾਈਦਾ ਤੇ ਉਹ ਕਿਤੇ ਮਤਲਬ ਜੇ ਲਾਂਚ ਲੂਚ ਦਾ ਟਾਈਮ ਹੋਵੇ ਨਾ ਤੇ ਉਹ ਬੰਦਾ ਰੋਟੀ ਪਾਣੀ ਖਾਂਦਾ ਤੇ ਉਸ ਤੋਂ ਬਾਅਦ ਅੰਮਲ ਦੀ ਰੁੱਤ 'ਚ ਹਰ ਘਰ ਚੰਮ ਹੁੰਦੇ ਆ ਉਹ ਅੰਬਾਂ ਦੇ ਫਿਰ ਉਹ ਕਿਹਨੂੰ ਲਾਦਾ ਜਿਹੜਾ ਡਾਕਟਰ ਸਾਹਿਬ ਆਏ ਆ ਤੇ ਅੰਬਾਂ ਨਾਲ ਚਮਚਾ ਰੱਖੋ ਉਹ ਮੈਂ ਯਾਰ ਜ਼ਿਆਦਾ ਅੰਬ ਦੇ ਦੋ ਜਾਂ ਚਮਚਾ ਦੇ ਦੇਵੋ ਸਹੀ ਗੱਲ ਹੈ ਹੈਨਾ ਵੀ ਉਹ ਮਤਲਬ ਉਹਦਾ ਸੁਆਦ ਤਾਂ ਬਈ ਉਮੀ ਖਾਣ ਦਾ ਨਾ ਅੰਬ ਅੰਬ ਦਾ ਮਤਲਬ ਵੀ ਅੰਬ ਚੂਪ ਬਦਲ ਜੂਏ ਅੰਬ ਚੂਪਣਾ ਹਾਂ ਸਹੀ ਗੱਲ ਹੈ ਤੇ ਇਹ ਤਾਂ ਬੜੇ ਹੀ ਉਸ ਤਰੀਕੇ ਨਾਲ ਆ ਵੀ ਇਹਦੇ ਅੰਬ ਲੈਣਾ ਤੂੰ ਅੰਬ ਲੈਣੇ ਮਤਲਬ ਮੈਂ ਇਹ ਖਾਸਾ ਪਿੱਛੇ ਮਤਲਬ ਕਿਸੇ ਸੱਜਣ ਬੀ ਜਿਹੜੇ ਵਾਰਤਾ ਦਾ ਹੈ ਨਾ ਉਹ ਮੈਂ ਬਹੁਤ ਜ਼ਿਆਦਾ ਬਤ ਦਾ ਵੀ ਇਹ ਗੱਲ ਜਿਵੇਂ ਵੀ ਲੋਕੋਂ ਹੀ ਇੱਕ ਦੂਜੇ 'ਚ ਵਜਦੇ ਫਿਰਦੇ ਆ ਉਹਦਾ ਉਹਦਾ ਕਿਸੇ ਦਾ ਰਿਲੇਸ਼ਨ ਹੈਗਾ ਕਿ ਨਹੀਂ ਹੈਗਾ ਵੀ ਤੂੰ ਅੰਬ ਲੈਣੇ ਸਹੀ ਗੱਲ ਆ ਕਈ ਵਾਰ ਬਾਈ ਆਪਾਂ ਨਾ ਚਾਹੁੰਦੇ ਹੋਏ ਆ ਵੀ ਇੰਨਾ ਰੁੱਖਾਂ ਦੀ ਜਾਂ ਫਲਾਂ ਦੀ ਗੱਲ ਕਰਦੇ ਆ ਉਹ ਆਪਣੀ ਆਮ ਬੋਲੀ ਦੇ ਵਿੱਚ ਹੀ ਹੈ ਨਾ ਸ਼ੁਰੂ ਤੋਂ ਲੈ ਕੇ ਤੁਸੀਂ ਇਹ ਦੇਖੋ ਵੀ ਬਜ਼ੁਰਗ ਕਿੰਨੀ ਮੁਹੱਬਤ ਕਰਦੇ ਹੋਣਗੇ ਇਹਨਾਂ ਬੂਟਿਆਂ ਨੂੰ ਉਹ ਹਾਂ ਇਹ ਹਟਾਉਂਦੇ ਸੀ ਉਹਨਾਂ ਦਾ ਅਸਲ 'ਚ ਨਾ ਇਹ ਉਹਨਾਂ ਦੀ ਜੀਵਨ ਜਾਚ ਦਾ ਹਿੱਸਾ ਸੀ ਇਹ ਜਿਵੇਂ ਹੁਣ ਆਂਬ ਐਸਾ ਚ ਜਿਵੇਂ ਆਂਬ ਨੂੰ ਬਹੁਤ ਜ਼ਿਆਦਾ ਲੋਕ ਵੀ 90% ਲੋਕ ਨਾ ਵੀ ਉਹਨੂੰ ਐਜ਼ ਫਾਲ ਦੇ ਹਿਸਾਬ ਨਾਲ ਦੇਖਦੇ ਆ ਵੀ ਆਹ ਆਂਬ ਦਾ ਮੂਟਾ ਲਾਏ ਤੂੰ ਫਾਲ ਮਿਲੂਗਾ। ਹੂੰ ਇਹ ਬਲ ਆਂਬ ਦੇ ਜਿਹੜੇ ਪੱਤੇ ਆ ਆਂਬ ਦਾ ਜਿਹੜਾ ਆਂਬ ਦੇ ਵਿੱਚੋਂ ਨਾ ਗੂਂਦ ਨਿਕਲਦੀ ਜਿਵੇਂ ਕਿੱਕਰ ਚੋਂ ਗੂਂਦ ਨਿਕਲਦੀ ਆ ਆਂਬ ਚੋਂ ਵੀ ਗੂਂਦ ਨਿਕਲਦੀ ਆ। ਹੂੰ ਆਂਬ ਦੀ ਜਿਹੜੀ ਗੂਂਦ ਆ ਆਂਬ ਦੇ ਜਿਹੜੀ ਗਿੜਕ ਦੇ ਵਿੱਚੋਂ ਬੀਜ ਨਿਕਲਦਾ ਹੈ ਨਾ ਇਹਨਾਂ ਇਹਨਾਂ ਸਾਰਿਆਂ ਤੋਂ ਦਵਾਈਆਂ ਦੇ ਨੁਸਖੇ ਵੀ ਲੋਕ ਬਣਾਉਂਦੇ ਨੇ। ਜਾਂ ਹਜੇ ਵੀ ਬਣਾਉਂਦੇ ਆ। ਪਰ ਮੈਂ ਜਿਵੇਂ ਪਹਿਲਾਂ ਵੀ ਮੈਂ ਕਹਿ ਚੁੱਕਾ ਹਾਂ ਪਾਚਨ ਪ੍ਰਣਾਲੀ ਵਾਸਤੇ ਤਾਂ ਅੰਬ ਬਾ ਕਮਾਲ ਚੀਜ਼ ਹੈ ਜਿਹੜਾ ਕੁਦਰਤੀ ਰੂਪ ਚ ਪੱਕਿਆ ਹੋਇਆ ਅੰਬੜ ਉਹ ਥੋੜੀ ਪਾਚਨ ਪ੍ਰਣਾਲੀ ਬਹੁਤ ਅੰਬ ਦੇ ਵਿੱਚ ਲੋਕਾਂ ਨੂੰ ਫਾਈਬਰ ਖਾਣਾ ਚਾਹੀਦਾ ਆ ਅੰਬ ਪਹਿਲਾਂ ਕਿੰਨੇ ਰੇਸ਼ੀਦਾਰ ਅੰਬ ਹੁੰਦੇ ਸੀ ਸੀਰ ਲਾ ਬਈ ਹੁਣ ਉਹਨਾਂ ਰੇਸ਼ੇ ਨਹੀਂ ਹੈਗਾ ਹਾਂ ਉਹਨਾਂ ਦੇ ਰੇਸ਼ੇ ਹੈ ਆ ਤੁਸੀਂ ਮੈਂ ਇੱਥੇ ਕੋਸੇਕੋਟ ਲਈ ਗਿਆ ਸੀ ਬਾਬਾ ਜੀ ਕੋਲ ਉਹਨਾਂ ਕੋਲੇ ਬਹੁਤ ਅੰਬ ਲੱਗੇ ਹੋਏ ਤੇ ਉਹਨਾਂ ਨੇ ਝੋਲਾ ਭਰ ਕੇ ਦਿੱਤਾ ਤੇ ਉਹਨਾਂ ਚ ਬਹੁਤ ਜ਼ਿਆਦਾ ਸੀਗਾ ਰੇਸ਼ਾ ਤੇ ਉਹ ਮੈਂ ਘਰੇ ਜਦੋਂ ਘਰਦਿਆਂ ਨੇ ਖਾਦਾ ਉਹ ਕਹਿੰਦੇ ਵੀ ਉਹੇ ਜਿਹੇ ਅੰਬ ਚਾਹੀਦੇ ਹੁਣ ਤਾਂ ਅੰਬ ਵੀ ਨਹੀਂ ਆਉਂਦੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਠਾ ਵੀ ਮੈਂ ਆਪਦੇ ਬਾਪੂ ਨੂੰ ਕਹਾਂ ਮੈਂ ਬਾਪੂ ਅੰਬੋਂ ਵੀ ਲਾਣ ਦੇ ਕੋਈ ਅਸੀਂ ਖਾ ਲਿਆ ਕਰਦੇ ਕਿਉਂਕਿ ਆਪਣੇ ਅਸਲ ਚ ਜਿਹੜੀ ਹਰੀਣ ਕਲਾਬ ਨੇ ਕੀ ਕੀਤਾ ਬਾਈ ਸਾਨੂੰ ਇੰਨਾ ਕਮਰਸ਼ੀਅਲ ਕਰਤਾ ਵੀ ਅਸੀਂ ਹਰ ਇੱਕ ਚੀਜ਼ ਨੂੰ ਭੁੱਲ ਕੇ ਸਿਰਫ ਪੈਸੇ ਬਾਰੇ ਸੋਚਣ ਲੱਗ ਗਏ ਤੁਸੀਂ ਅੰਬਾਂ ਦੀ ਤਾਂ ਛੱਡੋ ਕਿਸੇ ਵੀ ਪ੍ਰਕਾਰ ਦਾ ਰੁੱਖ ਜਿਹੜਾ ਹੈਗਾ ਅਸੀਂ ਉਹ ਰਹਿਣ ਨਹੀਂ ਦਿੱਤਾ ਹਾਲਾਂਕਿ ਮਤਲਬ ਮੈਂ ਪਿੱਛੇ ਜੇ ਨਾ ਇਹ ਕਾਫੀ ਹੋ ਜੋ ਪਿਛਲੇ ਐਪੀਸੋਡ ਚ ਵੀ ਮੈਂ ਗੱਲ ਜਿਗਰ ਕੀਤੀ ਹੈ ਨਾ ਵੀ ਖੇਤਾਂ ਚ ਰੁੱਖਾਂ ਵਾਲੀ ਕਿਤਾਬ ਦੀ ਤੇ ਮੈਂ ਬਹੁਤ ਕੁਝ ਉਹਨੂੰ ਨਾ ਟੈਕਨੀਕਲੀ ਖੋਲਣ ਦੀ ਕੋਸ਼ਿਸ਼ ਕੀਤੀ ਵੀ ਜਿਵੇਂ ਲੋਕ ਆਰਥਿਕਤਾ ਦੀ ਗੱਲ ਕਰਦੇ ਹਨ ਵੀ ਛਾਂ ਹੋਊਗੀ ਉਹਦੇ ਨਾਲ ਸਾਡੀ ਉਪਜ ਇੰਨੀ ਉਪਜ ਘਟੇਗੀ ਯਾਰ ਸਾਡੇ ਪਿੰਡ ਲੱਖੇ ਵਾਲੀ ਤੋਂ ਪੰਜ ਚਾਰ ਕਿਲੋਮੀਟਰ ਤੇ ਸੰਮੀ ਵਾਲੀ ਪਿੰਡ ਆ ਹਨਾ ਉੱਥੇ ਮੈਨੂੰ 2 ਸਾਲ ਪਹਿਲਾਂ ਕਿਸੇ ਸੱਜਣ ਨੇ ਆਈ ਰੁੱਖ ਬੂਟਿਆਂ ਤੇ ਜਾਣ ਲਈ ਉਹ ਤੇ ਉਹ ਜਾਮਣਾਂ ਦੀ ਰੁੱਤ ਸੀ ਤੇ ਉਹਨੇ ਮੈਨੂੰ ਜਾਮਣ ਕਹਿੰਦੇ ਡਾਕਟਰ ਸਾਹਿਬ ਜਾਮਣਾ ਕਰਦੀਆਂ ਤੇ ਮੈਂ ਮੈਂ ਦੇਖਿਆ ਜਾਮਣਾ ਬੜੀਆਂ ਬੂਟੇ ਲੱਗੇ ਆ ਤੇ ਕਹਿੰਦੇ ਜੀ ਬਜ਼ੁਰਗਾਂ ਨੇ ਲਾਇਏ ਸੀ ਅਸੀਂ ਤਾਂ ਮौज ਕਰਦੇ ਆ ਮੈਂ ਕਿਹਾ ਵੀ ਇਹ ਫਿਰ ਜਿਹੜੇ ਆ ਬੰਦੇ ਹੈਗੇ ਆ ਥੋੜੇ ਆ ਕਹਿੰਦੇ ਨਹੀਂ ਅਸੀਂ ਹਰ ਇੱਕ ਸਾਲ ਠੀਕਾ ਦਿੰਦੇ ਆ ਤੇ ਕਦੇ ਵੀ ਮੈਂ ਠੀਕਾ ਕਿੰਨਾ ਚਲਾ ਜਾਂਦਾ ਕਹਿੰਦੇ ਵੀ ਇੱਕ ਜਿਹੜਾ ਜਾਮਣ ਦਾ ਜਿਹੜਾ ਰੋਖ ਹੈ 1 ਲੱਖ ਕਹਿ ਲਈਏ ਵੀ ਉਹ 6000 ਚ ਗਿਆ ਸਾਡਾ ਹੂੰ ਤੇ ਤੁਸੀਂ ਮਤਲਬ 5000 ਤੋਂ ਥੱਲੇ ਤਾਂ ਜਾਂਦਾ ਹੀ ਨਹੀਂ ਤੇ 5-6000 ਤੁਸੀਂ ਇੱਕ ਬੂਟਾ ਲਾਣਾ ਸੋਚੋ ਵੀ ਜੇ ਮੰਨ ਲਓ ਵੀ ਖੇਤ ਦੇ ਵਿੱਚ ਕਿਤੇ ਕਿਸੇ ਤਰੀਕੇ ਨਾਲ ਤੁਸੀਂ 100 ਬੂਟਾ ਲਾਇਆ ਤੇ ਸਾਲ ਦੇ ਵਿੱਚ 100 ਨੂੰ 6000 ਨਾਲ ਗੁਣਾ ਕਰ ਲਓ ਹੂੰ ਚਾਹੀਦਾ ਨਾ ਇਹ ਕੱਲੀ ਆਪਾਂ ਇਹਦੀ ਗੱਲ ਕਰ ਰਹੇ ਹਾਂ ਜਾਮਣਾਂ ਦੀ ਗੱਲ ਕਰ ਰਹੇ ਹਾਂ ਪਰ ਤੁਸੀਂ ਔਲੇ ਲਾ ਲਓ ਤੁਸੀਂ ਮਤਲਬ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉਤਪਾਦ ਜਿਹੜੇ ਫਰੂਟ ਨੇ ਜਾਂ ਦਵਾਈਆਂ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਜੇ ਆਪਾਂ ਉਥੋਂ ਲਵਾਂਗੇ ਤਾਂ ਉਹ ਉਹ ਵੀ ਉਹ ਵਿਖਦੇ ਆ ਬਾਈ ਕਈ ਹੋਰ ਫਾਇਦੇ ਆ ਜਿਵੇਂ ਆਪਾਂ ਗੱਲ ਕਰਦੇ ਆ ਆ achar amba ਦਾ ਆਪਾਂ ਬੜੇ ਸ਼ੌਂਕ ਨਾਲ ਕਰਦੇ ਆ ਯਾਰ ਉਹ ਜਿਹੜਾ ਹੁਣ ਹੁਣ ਮੈਂ ਤਾਂ ਕਰਿਆ ਖਾਣਾ ਵੀ ਜਿਹੜਾ ਹੁਣ ਆਪਾਂ achar ਖਾ ਰਹੇ ਆ ਹਨਾ ਜਿਹੜਾ ਬਾਜ਼ਾਰ ਤੋਂ ਲੋਕ ਸੋ ਕਾਲਡ ਮਿਕਸ achar ਲੈ ਕੇ ਉਹ ਸਾਰੇ ਮਸਾਲੇ ਹੀ ਆ ਉਹਦੇ ਚ ਹੈ ਕੀ ਆ ਤੇ ਪੁਰਾਣੇ ਵੇਲਿਆਂ ਦੇ ਵਿੱਚ ਜਿਹੜਾ ਅੰਬ ਦਾ achar ਪਾਉਣਾ ਹਰ ਘਰ ਦੀ ਇੱਕ ਮਤਲਬ ਹੁੰਦਾ ਸੀ ਵੀ ਜਦੋਂ ਰੁੱਤ ਆਉਣੀ ਆ ਤਾਂ ਉਦੋਂ achar ਪਾਉਣਾ ਹੀ ਪਾਉਣਾ ਹੀ ਪਾਉਣਾ ਬਿਲਕੁਲ ਹੈਨਾ ਤੇ ਉਹ ਘਰੇ ਨਾ ਉਹ ਦੂਜਾ ਬੇਬੇ ਬਾਪੂ ਰਾਣੇ ਜਾਂ ਘਰ ਉਹ ਬਜ਼ੁਰਗ ਨੇ ਕਿਸੇ ਨੇ ਜਾਂ ਚਾਚੇ ਦਾਇਏ ਨੇ ਉਹ ਲੈ ਕੇ ਬਹਿਣਾ ਵੀ ਅੰਬੀਆਂ ਲੈ ਕੇ ਆਉਣੀਆਂ ਉਹਨਾਂ ਨੂੰ ਕੱਟਣਾ ਹੈ ਹਨ ਤੇ ਉਹ ਜੋ ਆਕਾਂ ਨੂੰ ਝੜਕਣਾ ਹੈ ਉਂਗਲਾਂ-ਗਲਨਾਂ ਕਟਾ ਲਿਓ ਹੁਣ ਉਹ ਇੱਕ ਅਲੱਗ ਮਾਹੌਲ ਸੀਗਾ ਅੱਛਾ ਉਹ ਜਦੋਂ ਘਰੇ achar ਪੈਂਦੇ ਸੀ ਹੁਣ ਉਹਦੇ ਨਾਲ ਹੁੰਦਾ ਕੀ ਸੀਗਾ ਕਿ ਤੁਸੀਂ ਵੈਸੇ ਤਾਂ ਸਾਡੇ ਜਦੋਂ ਅਚਾਰਾਂ ਦੀ ਗੱਲ ਆਉਂਦੀ ਆ ਆਮਬਦਾ ਨਿੰਬੂ ਦਾ ਢੇਉ ਦਾ ਬਾਸ ਤੱਕ ਦਾ ਅਚਾਰ ਪੈਂਦਾ ਹਨ ਹਰ ਚੀਜ਼ ਦੀ ਬਿਜਾਰੀ ਕਰਨ ਹੋ ਗਿਆ ਔਰ ਵੱਡੀ ਗੱਲ ਹੈ ਕਿ ਜਿਹੜਾ ਉਹ ਆਮ ਦਾ ਅਚਾਰ ਪੈਂਦਾ ਸੀ ਤਾਂ ਉਹ ਜਿਹੜੀਆਂ ਘਰੇ ਬੇਟੀਆਂ ਹੁੰਦੀਆਂ ਸੀ ਧੀਆ ਹੁੰਦੀਆਂ ਸੀ ਉਹ ਐਂ ਬੇਬਿਆਂ ਤੋਂ ਐ ਕੋਈ ਉਹਨੂੰ ਟ੍ਰੇਨਿੰਗ ਥੋੜਾ ਦਿੰਦੀ ਸੀ ਪੀ.ਈ.ਯੂ ਕੋਈ ਟ੍ਰੇਨਿੰਗ ਲਾਉਣ ਥੋੜਾ ਹੁੰਦਾ ਸੀ ਉਹਨਾਂ ਵੇਲੇ ਜੀ ਵੀ ਹਾਂ ਪੀ.ਈ.ਯੂ ਚਾ ਕਿਤੇ ਵੀ ਵੀ ਉੱਥੇ ਹੀ ਟ੍ਰੇਨਿੰਗ ਲਾਉਣ ਜਾਣਾ ਅਚਾਰ ਪੌੜ ਦੀ ਦੇਣਾ ਪੁਰਾਣੇ ਬੁਰਗਣ ਪੋਛੇ ਅਚਾਰ ਦੀ ਟ੍ਰੇਨਿੰਗ ਲੈਣ ਔਰ ਇਹ ਜਿਹੜੇ ਅੰਬ ਦਾ achar ਹੈ ਨਾ ਉਹ ਰੋਟੀ ਦੀ ਪਤਾ ਨਹੀਂ ਕੀ ਉੱਤੇ ਅੰਬ ਦੀਆਂ ਫਾੜੀਆਂ ਇਹ ਵੀ ਫੋਗ ਚ ਆਉਂਦਾ ਅੱਜ ਥੋੜਾ ਫੋਗ ਘਟ ਜਾਂਦਾ ਆ ਰਿਹਾ ਤੇ ਉਹ ਸੋਹਰੇ ਗੀਨੇ ਜਾਣਾ ਜਿਹਨੇ ਪੇਕੇ ਲਈਆ ਜਾ ਰਿਹਾ ਇੱਕ ਬੜੀ ਕਹਾਵਤ ਹੈਗੀ ਆ ਕਿ ਉਹ ਜਿਹੜੀ ਅੰਬ ਦੀ ਫਾੜੀ ਹੈ ਸੱਚ ਇੱਕ ਤਰ੍ਹਾਂ ਦੀ ਦਵਾਈ ਹੁੰਦੀ ਸੀ ਕਿਉਂਕਿ ਅੰਬ ਦੇ achar ਚ ਕਲੌਂਜੀ ਪੈਂਦੀ ਆ ਹਾਂ ਮਤਲਬ ਬੜੀਆਂ ਚੀਜ਼ਾਂ ਪੈਂਦੀਆਂ ਔਰ ਕਲੌਂਜੀ ਬਾਰੇ ਮੈਨੂੰ ਪੁੱਛੇ ਜੇ ਪੜਨ ਦਾ ਮੌਕਾ ਮਿਲਿਆ ਤੇ ਮੈਂ ਦੇਖਿਆ ਕਿ ਕੁਝ ਲੋਕਾਂ ਨੇ ਇਹ ਕਿਹਾ ਵੀ ਮੌਤ ਤੋਂ ਬਿਨਾ ਬਾਕੀ ਹਰ ਚੀਜ਼ ਦੀ ਇਲਾਜ ਕਰਦਾ। ਕਹਿਣ ਦਾ ਭਾਵ ਵੀ ਕਿੰਨੀ ਬੈਨੀਫੀਸ਼ੀਅਲ ਚੀਜ਼ ਹੋਊਗੀ। ਤੇ ਉਹ ਹੁਣ ਚਾਹੇ ਸਾਡੇ ਸਾਡੇ ਉਦੋਂ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਕੁਝ ਨਹੀਂ ਪਤਾ ਹੁੰਦਾ ਸੀ ਵੀ ਕਲੌਂਜੀ ਨਾਲ ਕਲੌਂਜੀ ਚ ਕਿਹੜਾ ਕੰਪਾਊਂਡ ਆ ਜਾਂ ਕਿਹੜਾ ਕੈਮੀਕਲ ਆ। ਉੱਪਰ ਖਾਦਾ ਜਾਂਦਾ ਹੈ ਤੇ ਸਰੀਰ ਠੀਕ ਰਹਿੰਦਾ ਸੀ। ਉਹ ਹੁਣ ਜਿਹੜਾ ਸ਼ਹਿਰ ਸ਼ਹਿਰੋਂ ਜਿਹੜਾ ਮਸਾਲੇ ਵਾਲੀਆਂ ਚੀਜ਼ਾਂ ਲੈ ਕੇ ਆਉਣੇ ਉਹ ਹੁਣ ਤਾਂ ਭਾਈ ਅਸੀਂ ਉਹ ਵੀ ਤੇ ਹੋਰ ਚਟਪਟਾ ਬਹੁਤ ਖਾਣ ਲੱਗ ਗਏ ਪਹਿਲਾਂ ਇਹ ਵੀ ਗੱਲ ਹੈਗੀ ਸੀ ਨਾ ਜੇ ਇੱਕ ਵਾਰੀ ਚਾਰ ਪਾ ਲਿਆ ਉਹ ਸਾਲ ਕੱਢਦਾ ਸੀ ਜਦੋਂ ਚਰਾਗਲੇ ਬਰੀ ਹੋ ਨਹੀਂ ਆਉਂਦੇ ਅੰਬ ਨਹੀਂ ਆਉਂਦੇ ਤੇ ਕੋਈ ਦਾਲ ਸਬਜ਼ੀ ਨਹੀਂ ਹੈਗੀ ਤਾਂ ਕੋਈ ਚੱਕਰ ਨਹੀਂ ਚੱਕੋ ਖੇਤਾਂ ਦੇ ਵਿੱਚ ਚਾਬੇ 'ਚ ਰੋਟੀਆਂ ਪਈਆਂ ਹੁੰਦੀਆਂ ਸੀਗਾ ਤੇ ਜਦੋਂ ਕਿਸੇ ਨੂੰ ਕਿਸੇ ਨੂੰ ਜਿਆਦਾ ਕਿਤੇ ਭੁੱਖ ਭੱਖ ਲੱਗੇ ਆਉਂਦੀ ਸੀ ਤੇ ਉਦੋਂ ਆਏ ਥੋੜਾ ਸੀ ਆ ਵੀ ਜਦੋਂ ਮਰਜੀ ਗੈਸ ਪਾਲ ਲਿਆ ਤੇ ਜਾਂ ਸੂਈਗੀ ਜਜਮੈਂਟ ਵਾਲੇ ਨੂੰ ਆਰਡਰ ਕਰਦਾ ਉਹ ਅੰਬ ਦੀ ਫਾੜੀ ਰੋਟੀਆਂ ਬਣੀਆਂ ਹੁੰਦੀਆਂ ਉਦੋਂ ਕੋਈ ਉਦੋਂ ਕਣਕੇ ਰੋਟੀਆਂ ਪਾਉਂਦੀਆਂ ਹੁੰਦੀਆਂ ਬੇਬੇ ਹੁੰਦੀਆਂ ਰੋ ਗਣਕੇ ਥੋੜਾ ਉਹ ਹੁਣ ਤਾਂ ਘਰੇ ਕੋਈ ਮਦਦਸ਼ਦੇ ਹਨਾ ਪੁੱਛਦੇ ਆ ਪੁੱਛ ਉਹਨੂੰ ਵਾਰੀ ਵਾਰ ਬੰਦੀ ਜਾਣ ਲੈਣ ਤੱਕ ਜਾਣਗੇ ਹਨਾ ਜੇ ਜਾ ਪੁੱਛ ਗਿਆ ਹਨਾ ਜਵਾ ਇੱਕ ਜਵਾਗ ਦੀ ਘਰੇ ਪੱਕੀ ਇਸ ਗੱਲ ਦੀ ਡਿਊਟੀ ਹੁੰਦੀ ਆ ਵੇਖ ਅੰਕਲ ਨੇ ਰੋਟੀ ਖਾ ਲਈ ਅੰਕਲ ਨੂੰ ਪੁੱਛ ਰੋਟੀ ਲੈਣੀ ਉਹ ਅੰਕਲ ਦੀ ਪਹਿਲੀ ਦਾ ਖਤਮ ਹੋ ਲੈਣ ਦਿਓ ਜੇ ਇਹ ਵੀ ਪੁੱਛਦੇ ਹੁੰਦੇ ਆ ਕਿ ਕਿੰਨੀਆਂ ਰੋਟੀਆਂ ਕਿੰਨੀਆਂ ਰੋਟੀਆਂ ਇਹ ਤਾਂ ਬਈ ਸਾਰੀਆਂ ਗੱਲਾਂ ਵਾਕਈ ਚਲੋ ਬਈ ਹੋਰ ਕੋਈ ਅੰਬ ਬਾਰੇ ਤੁਸੀਂ ਕਹਿਣਾ ਹੋਵੇ ਖਾਸ ਕਿਉਂਕਿ ਮੈਨੂੰ ਲੱਗਦਾ ਆਪਾਂ ਮੁਕੰਮਲ ਕਰ ਲਈਆਂ ਗੱਲਾਂ ਬਹੁਤ ਹਾਂ ਮਤਲਬ ਕਾਫੀ ਗੱਲਾਂ ਅੰਬ ਦੀਆਂ ਹੋ ਗਈਆਂ ਨੇ ਤੇ ਮੈਂ ਤਾਂ ਇਹ ਜਿਹੜਾ ਸੁਨੇਹਾ ਦੇਣਾ ਚਾਹਣਾ ਵੀ ਜਿਹੜੀਆਂ ਸਾਡੀਆਂ ਯਾਰ ਅੰਬ ਦੀਆਂ ਕਿਸਮਾਂ ਨੇ ਜਿਹੜੀਆਂ ਜਿਹੜੇ ਵੀ ਖਾਸ ਕਰਕੇ ਦੁਆਬੇ ਵਾਲੇ ਏਰੀਏ 'ਚ ਲੋਕ ਨੇ ਜਾਂ ਇਹ ਦੁਆਬੇ ਦੀ ਗੱਲ ਨਹੀਂ ਮਤਲਬ ਉਹ ਹੁਣ ਮੌਸਮ ਜਿਹੜੇ ਪਿਛਲੇ 20 30 ਸਾਲ 'ਚ ਫਰਕ ਪਿਆ ਗਿਆ ਇਹ ਬਣਾ ਆਪਣੇ ਬੋਕਸਰ ਹੋਰ ਤਾਂ ਕੰਮ ਹਜੇ ਵੀ ਲੱਗਦੇ ਜਿਹੜੇ ਪ੍ਰਾਣੇ ਬੂਟੇ ਲੱਗੇ ਹੋਏ ਆ ਜਿਹੜੀਆਂ ਕਿਤੇ ਪ੍ਰਾਣੀਆਂ ਕਿਸਮਾਂ ਬਚੀਆਂ ਹੋਈਆਂ ਨੇ ਨਾ ਉਹਨਾਂ ਦਾ ਜੇ ਤੁਹਾਨੂੰ ਨਾਮ ਵੀ ਪਤਾ ਹੋਣਾ ਕੋਈ ਜ਼ਰੂਰੀ ਨਹੀਂ ਹੈਗਾ ਉਹਨਾਂ ਦਾ ਵਾਧਾ ਜਰੂਰ ਕਰੋ ਉਹਨਾਂ ਨੂੰ ਉਹਨਾਂ ਨੂੰ ਸੁਭਾ ਲੈਣਾ ਚਾਹੀਦਾ ਔਰ ਜਿਹੜੇ ਜੜੀਆਂ ਸਾਡੀਆਂ ਜਿਹੜੀ ਮੈਂ ਅਨਾਮੀ ਮਾਗ ਦੀ ਗੱਲ ਕੀਤੀ ਸੀ ਉਹ ਈਵਨ ਪੰਜਾਬ ਗਵਰਨਮੈਂਟ ਨੇ ਉਹਨੂੰ ਹੈਰੀਟੇਜ ਸਾਈਟ ਵੀ ਕੋਸ਼ਿਸ਼ ਕਰਤਾ ਸੀ ਬਟ ਕੋਈ ਕੋਈ ਇਸ਼ੂ ਹੋਇਆ ਕਿ ਉਹ ਹਜੇ ਤੱਕ ਉਹ ਉਹਨੂੰ ਸਰਕਾਰ ਕਰ ਨਹੀਂ ਸਕੀ ਆਪਣੇ ਅੰਦਰ ਤੁਸੀਂ ਮੈਨੂੰ ਲੱਗਦਾ ਜਿਉਂ 5-7 ਸਾਲਾ ਇਦਾਂ ਹੋਰ ਲੰਘ ਗਿਆ ਦੋਗ ਸਰਕਾਰਾਂ ਹੋਰ ਲੰਘ ਗਈਆਂ ਤੇ ਲਾਂਬੀ ਬਾਗ ਦਾ ਹਰ ਇੱਕ ਸਾਲ 5-7 ਬੂਟੇ ਝੜਕ ਜਾਂਦੇ ਆ ਉਹ ਇੱਕ ਬੂਟੇ ਦਾ ਮਰਨਾ ਇੱਕ ਕਿਸਮ ਦਾ ਮਰਨਾ ਹੈ ਉਹ ਬਹੁਤ ਵੱਡੀ ਤਰਾਸ ਦੀ ਹੈ ਤੇ ਇਹ ਕੁਝ ਚੀਜ਼ਾਂ ਇੱਕ ਜਿਹੜੇ ਜਿਹੜੇ ਸਰਕਾਰੀ ਦਰਬਾਰੇ ਲੋਕ ਸਮੇਂ ਦੇ ਵਿੱਚ ਨੌਕਰੀ ਦੇ ਵਿੱਚ ਬੜੀਆਂ ਹੋਰ ਕੈਦੇ ਕਾਨੂੰਨਾਂ 'ਚ ਵੱਜੇ ਹੁੰਦੇ ਆ ਹਨਾ ਉਹ ਕਈ ਵਾਰੀ ਕਈ ਚੀਜ਼ਾਂ ਚਾਹ ਕੇ ਵੀ ਨਹੀਂ ਕਰ ਸਕਦੇ ਹੰਦੇ ਤੇ ਪਰ ਇਹਨਾਂ ਨੂੰ ਸੰਭਾਲਣਾ ਆਸਤੇ ਤਾਂ ਅਸੀਂ ਅਸੀਂ ਆਪ ਆਪ ਵੀ ਤਾਂ ਹੀਲਾ ਕਰ ਸਕਦੇ ਆ ਨਾ ਜਿਹੜੀਆਂ ਚੀਜ਼ਾਂ ਸਾਡੇ ਕੋਲੇ ਨੇ ਸਾਨੂੰ ਪਤਾ ਵੀ ਸਾਡੇ ਦੁਆਬੇ ਵਾਲਿਆਂ ਦੇ ਤਾਂ ਯਾਰ ਅਕਸਰੀ ਘਰਾਂ ਦੇ ਕਈਆਂ ਦੇ ਬਾਹਰ ਲੱਗੇ ਹੁੰਦੇ ਵੀ ਇੱਕ ਛੋਟਾ ਛੋਟੀ ਜਿਹੜਾ ਸਾਈਜ਼ ਦਾ ਇੱਕ ਵੱਡੇ ਸਾਈਜ਼ ਦਾ ਕਿਸੇ ਦਾ ਰੰਗ ਦੇ ਹਿਸਾਬ ਨਾਲ ਫਰਕ ਹੈ ਤੇ ਉਹ ਅੱਗੇ ਅੱਗੇ ਸੋ ਉਹਨਾਂ ਨੂੰ ਤੋਹਫੇ ਦੇਣੇ ਚਾਹੀਦੇ ਆ ਵੀ ਹਾਂ ਉਹਦੇ ਬੂਟੇ ਤਿਆਰ ਕਰਕੇ ਹਾਂ ਤਾਂ ਉਹ ਜੇ ਆਪਾਂ ਇਹਨਾਂ ਨੂੰ ਸੰਭਾਲਾਂਗੇ ਤਾਂ ਨਹੀਂ ਤਾਂ ਫਿਰ ਫਿਰ ਉਹ ਹੀ ਆ ਵੀ ਟੱਕਣ ਚੋਂ ਇਹ ਅੰਬ ਲੱਬਿਆ ਕਰਦਾ ਵੇਖੋ ਲਿਕਵਿਡ ਬਣ ਜਾਣਾ ਆਪਾਂ ਕੀ ਕਰਾਂਗੇ ਹੁਣ ਤਾਂ ਕਹਿੰਦੇ ਤੂੰ ਅੰਬ ਲੈਣਾ ਫਿਰ ਆਪਾਂ ਜਾਂ ਤੂੰ ਮਾਝ ਲੈਣਾ ਬਾਕੀ ਭਾਈ ਮੈਂ ਮੈਂ ਅਨਾਬੇ ਇੱਕ ਦੇਖਿਆ 300 ਸਾਲ ਪੁਰਾਣਾ ਬਾਗ ਸੀਗਾ ਮਤਲਬ ਉਹ ਕਹਿੰਦੇ ਵੀ ਸਾਡੇ ਤਾਂ ਪਰਦਾਦਿਆਂ ਤੋਂ ਸਾਡੇ ਕੋਲੇ ਜੀ ਹੋ ਸਕਦਾ ਉਦੋਂ ਵੀ ਪਹਿਲਾਂ ਦਾ ਹੋ ਗਿਆ ਬੜੀਆਂ ਵੈਰਾਈਟੀਆਂ ਸੀ ਤੇ ਉਹ ਮੈਨੂੰ ਲੱਗਿਆ ਵੀ ਵਾਕਈ ਇਹਨਾਂ ਦੀ ਲੋੜ ਆ ਆਪਾਂ ਨੂੰ ਸਾਂਭਣ ਦੀ ਭਾਈ ਜਦੋਂ ਕੋਈ ਇੱਕ ਚੀਜ਼ ਖੁੱਸ ਜਾਂਦੀ ਹੈ ਤੇ ਸਮਝ ਲਓ ਵੀ ਬਹੁਤ ਆ ਪਤਾ ਨਹੀਂ ਆਪਾਂ ਨੂੰ ਲੱਗਦਾ ਪਤਾ ਨਹੀਂ ਆਪਣੇ ਦੇਖਣ ਵਾਲਿਆਂ ਨੂੰ ਵੀ ਲੱਗਦਾ ਹੋਊਗਾ ਵੀ ਘਾਟਾ ਪੈ ਗਿਆ ਬਹੁਤ ਵੱਡਾ ਹੁਣ ਡਾਕਟਰ ਰੰਦਾਵਾ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਉਹਨਾਂ ਸਮਿਆਂ ਦੇ ਵਿੱਚ ਜਦੋਂ ਉਹ ਸੋਚ ਰਹੇ ਸੀ ਵੀ ਆਹ ਚੀਜ਼ਾਂ ਖੁੱਸ ਜਾਣੀਆਂ ਸਾਡੇ ਤੋਂ ਉਹਨਾਂ ਨੇ ਰੁੱਖ ਬੂਟਿਆਂ ਦੀ ਤਾਂ ਗੱਲ ਕੀਤੀ ਕੀਤੀ ਉਹਨਾਂ ਨੇ ਬਹੁਤ ਸਾਰੇ ਫੋਕ ਸਾਮ੍ਹ ਕੇ ਰੱਖੇ ਹੋਰ ਕਿੰਨੀਆਂ ਚੀਜ਼ਾਂ ਉਹਨਾਂ ਨੇ ਐਂ ਸਾਮ੍ਹ ਕੇ ਰੱਖੀਆਂ ਵੀ ਯਾਰ ਸਾਡੇ ਆਉਣ ਵਾਲੇ ਜਿਹੜੇ ਹੈਗੇ ਆ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਪਰ ਹੁਣ ਮੈਨੂੰ ਲੱਗਦਾ ਬਾਈ ਤੁਸੀਂ ਰੁੱਖਾਂ ਦੀ ਤਾਂ ਗੱਲ ਕਰੋ ਆ ਧਰਤੀ ਦੀ ਕਦਰ ਨਹੀਂ ਹੈਗੀ ਆਪਾਂ ਨੂੰ ਜਿੱਥੇ ਇਹ ਹੋਣਾ ਹੈ ਆਪਾਂ ਨੂੰ ਐ ਵੀ ਕੁਝ ਮਰਜ਼ੀ ਹੋ ਜਾਏ ਪੈਸਾ ਚਾਹੀਦਾ ਪੈਸਾ ਕਮਾਓ ਜਿੱਥੇ ਮਰਜ਼ੀ ਕਮਾਓ ਚਾਹੇ ਕੈਨੇਡਾ ਜਾਓ ਚਾਹੇ ਅਮਰੀਕਾ ਜਾਓ ਚਾਹੇ ਐਕਚੁਅਲੀ ਨਾ ਹਰ ਸਾਡੇ ਜਿਹੜਾ ਜਿਹੜਾ ਹੁਣ ਜਿਹਨੂੰ ਮਤਲਬ ਲੋਕ ਡਿਸਕਸ਼ਨ ਜਿਹੜਾ ਡਾਇਨਿੰਗ ਰੂਮ ਜਾਂ ਡਾਇਨਿੰਗ ਟੇਬਲ ਦੇ ਡਿਸਕਸ਼ਨ ਚ ਇੱਕੋ ਹੀ ਗੱਲ ਚੱਲਦੀ ਰਹਿੰਦੀ ਆ ਵੀ ਜਿਹੜਾ ਸਾਡਾ ਡਿਵੈਲਪਮੈਂਟ ਦਾ ਮਾਡਲ ਆ ਹਨਾ ਤਾਂ ਉਹ ਉਹਦੇ ਵਿੱਚ ਕੀ ਆ ਕਿ ਪੈਸਾ ਪ੍ਰਧਾਨ ਹੋ ਗਿਆ ਇਸੀ ਗੱਲ ਦੀ ਡਿਸਕਸ਼ਨ ਆ ਵੀ ਹਾਂ ਕਿਹੜੀ ਚੀਜ਼ ਉੱਪਰ ਜਾ ਰਹੀ ਆ ਸ਼ੇਅਰ ਮਾਰਕੀਟ ਉੱਪਰ ਜਾ ਰਹੀ ਆ ਥੋੜੀ ਪ੍ਰਾਪਰਟੀ ਉੱਪਰ ਜਾ ਰਹੀ ਆ ਮਤਲਬ ਕਿੰਨੇ ਕਾਰਨ ਨੇ ਜਿਹੜੇ ਜਿਹੜੇ ਜਦੋਂ ਰੋਟੀ ਖਾਂਦੇ ਆ ਉਹ ਕਿਸੇ ਉਹਨਾਂ ਦੀ ਡਿਸਕਸ਼ਨ ਦੇ ਵਿੱਚ ਮਤਲਬ ਰੁੱਖ ਬੂਟੇ ਪੰਛੀ ਮਤਲਬ ਮੈਂ ਅਕਸਰੀ ਮਤਲਬ ਜਿਹੜੇ ਬੱਚੇ ਜਾਂ ਕੋਈ ਜੋ ਪਹਿਲਾਂ ਵੀ ਦੱਸਿਆ ਇੱਥੇ ਪਮੇਤੀ ਜੋ ਟ੍ਰੇਨਿੰਗ ਲਾਉਣ ਆਉਂਦੇ ਆ ਹਨਾ ਮੈਂ ਪੁੱਛਣ ਲੱਗ ਜਾਂਦਾ ਵੀ ਜੇ ਤੁਸੀਂ ਮੰਨੋਗੇ ਨਹੀਂ ਵੀ ਜੇ 30 ਜਣਾਂ ਦਾ ਵੀ ਗਰੁੱਪ ਆ ਲੈ ਤੇ ਜੇ ਇੱਕ ਪਾਸੋਂ ਸ਼ੁਰੂ ਕਰ ਲਾਂ ਵੀ ਇੱਕ ਇੱਕ ਪੰਛੀ ਦਾ ਨਾਮ ਲਾਓ ਤੁਸੀਂ ਤਾਂ 7-8 ਕੁਗਿਆ ਘਟਾਰਾਂ ਤੇ ਕਾਵਾਂ ਤੋਂ ਬਾਅਦ ਫਿਰ ਪੰਛੀ ਸਰਖੋਰ ਕ ਲੱਜਦੇ ਹਾਂ ਕੁਦਰਤ ਨਾਲੋਂ ਇਹ ਦੂਰੀ ਹੋਈ ਆ ਹੁਣ ਜੇ ਜੇ ਹੁਣ ਮੰਨ ਲਓ ਵੀ ਘਰੇ ਅੰਬ ਦੇ ਬੂਟੇ ਲੱਗਿਆ ਤਾਂ ਫਿਰ ਪੰਛੀਆਂ ਨਾਲ ਤਾਂ ਆਪੇ ਹੀ ਸੰਝ ਹੋ ਜਾਣੀ ਐ ਕਿਉਂਕਿ ਉੱਥੇ ਕੋਇਲ ਨੇ ਵੀ ਆਉਣਾ ਤੂਤੇ ਆਲੇ ਵੀ ਆਉਣਾ ਹੈ ਨਾ ਤਾਂ ਉਹ ਕਿਸੇ ਨੇ ਗੀਤ ਗੁਣ ਗਾਉਣੇ ਆ ਕਿਸੇ ਨੇ ਉਹਨਾਂ ਨੂੰ ਅੰਬ ਖਾਣੇ ਆ ਤਾਂ ਉਹ ਫਿਰ ਜਦੋਂ ਖਾਣਗੇ ਆਉਣਗੇ ਤਾਂ ਤੁਹਾਡੀ ਪਛਾਣ ਹੋਊਗੀ ਤੇ ਜੇ ਉਹੀ ਗੱਲ ਫਿਰ ਉਹ ਟੱਕਣ ਵਾਲੀ ਪ੍ਰੂਟੀ ਘਰੇ ਆਊਗੀ ਤੇ ਜਵਾਕਾਂ ਦੀ ਸਾਂਝ ਤਾਂ ਫਿਰ ਉਹਨਾਂ ਨੂੰ ਤਾਂ ਕਟਰੀਨਾ ਕਾਫੀ ਦਿਖਣੀ ਹੈ ਉਹਨਾਂ ਨੂੰ ਉਹਨਾਂ ਨੂੰ ਕੋਇਲ ਨਹੀਂ ਦਿਖਣੀ ਉਹਨਾਂ ਨੂੰ ਕੋਇਲਾ ਨਾਲ ਕੀ ਸਹੀ ਗੱਲ ਹੈ ਠੀਕ ਹੈ ਭਾਈ ਬਹੁਤ ਨਜ਼ਾਰਾ ਆਇਆ ਗੱਲਾਂ ਸੁਣ ਕੇ ਲੱਗਦਾ ਆਪਣੇ ਸੁਣਨ ਵਾਲਿਆਂ ਨੂੰ ਵੀ ਬਹੁਤ ਨਜ਼ਾਰਾ ਆਇਆ ਹੋਊਗਾ ਅ ਦੋਸਤੋ ਅਸੀਂ ਅੰਬ ਬਾਰੇ ਜਿੰਨੀ ਗੱਲਬਾਤ ਕੀਤੀ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਵੀ ਗੱਲਾਂ ਚ ਨਹੀਂ ਰਹਿਣੀ ਚਾਹੀਦੀ ਚੀਜ਼ ਖਾਸ ਤੌਰ ਤੇ ਜਿਹੜੀ ਸਾਨੂੰ ਸੋਚਣ ਦੀ ਗੱਲ ਆ ਹੋਏ ਆ ਵੀ ਵੈਰਾਈਟੀਆਂ ਜਿਹੜੀਆਂ ਜਿੰਨੀਆਂ ਕਿਸਮਾਂ ਸਾਡੀਆਂ ਉਹਨਾਂ ਨੂੰ ਸਾਹਮਣੇ ਰੱਖਣਾ ਚਾਹੀਦਾ ਜਿੰਨਾ ਕੋਲੇ ਜਿਹੜੀਆਂ ਕਿਸਮਾਂ ਹੈਗੀਆਂ ਉਹਨਾਂ ਨੂੰ ਚਾਹੀਦਾ ਵੀ ਉਹਦਾ ਵਾਧਾ ਕਿਵੇਂ ਕਰਨਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਉਹ ਜ਼ਿੰਮੇਵਾਰੀ ਕਿਉਂ ਆ ਅਸੀਂ ਬਹੁਤ ਆਪਦੇ ਧੀ ਪੁੱਤਾਂ ਨੂੰ ਮੋਹ ਪਿਆਰ ਕਰਦੇ ਆ ਪਰ ਸਾਨੂੰ ਇਹ ਵੀ ਚਾਹੀਦਾ ਵੀ ਜਿਹੜੇ ਸਾਡੇ ਧੀ ਪੁੱਤਾਂ ਪੁੱਤੇ ਆ ਪੁੱਤੀਆਂ ਉਹ ਵੀ ਉਹ ਸਵਾਦ ਲੈਣ ਜਿਹੜੇ ਅਸੀਂ ਖਾਦੇ ਹੋਏ ਆੰਬ ਆ ਇਹ ਨਾ ਹੋਵੇ ਕਿ ਤੇ ਉੱਥੇ ਗੱਲ ਹੀ ਮੁੱਕ ਜੇ ਬਈ ਸਾਰੀ ਹੈਨਾ ਠੀਕ ਹੈ ਜੀ ਸਸਿਕਾ